ਯਾਰ ਤੂੰ ਰੋ ਗਏ ਐਨ ਵਿਚਾਲੇ ਰੋਡ ਦੇ ਖੜੇ ਆ ਟਾਇਰ ਪਾੜ ਗਿਆ ਪਰ ਜਿਹੜੇ ਰਹਿ ਗਏ ਜਿਹੜੇ ਜ਼ਿਆਦਾ ਦੂਰ ਹੈ ਗੁੱਸਾ ਗਿਲਾ ਨਹੀਂ ਕਰਨਾ ਆਪਣੇ ਤੋਂ ਜਿੰਨਾ ਹੋ ਰਿਹਾ ਕਰਦੇ ਪਏ ਤੁਹਾਡੇ ਸਾਹਮਣੇ ਆ ਕਲਿੰਗ ਕੀ ਆ ਹਣਾ ਭਰਾ ਮੇਰਾ ਮੇਰੇ ਨਾਲ ਦਾ ਉਹਦੇ ਨਾਲ ਮੇਤੋਂ ਇਹ ਚੀਜ਼ਾਂ ਵੀ ਨਹੀਂ ਹੋਣੀਆਂ ਸੀ ਸਹੀ ਗੱਲ ਹੈ ਰਿਸ਼ਤਾ ਖੂਨ ਦਾ ਨੀ ਹੈਗਾ ਪਟਾਕਾ ਕਰਤਾ ਕਹਿੰਦੇ ਇੱਥੋਂ ਲੈ ਕੇ ਡਿੱਕੀ ਵੀ ਫੁੱਲ ਕਰਤੀ ਤੇ ਆਹ ਵੀ ਸਾਰਾ ਫੁੱਲ ਕਰਤਾ ਦਿਵਾਲੀ ਸਾਰੀਆਂ ਕਮਾਈਆਂ ਜਿਹੜੀਆਂ ਨਾ ਪਰਖਣ ਲਈ ਨਹੀਂ ਹੁੰਦੀਆਂ ਆਪਾਂ ਇੱਕੇ ਫੋਨ ਕੀਤਾ ਗੱਡੀ ਚੁੰਗਦੀ ਆ ਗਈ ਪੰਜਾਬ ਪੁਲਿਸ ਦੀ ਜੇ ਕਿਸੇ ਦਾ ਚੰਗਾ ਕਰਨਾ ਇਹ ਨਹੀਂ ਸੋਚਣਾ ਕਿ ਆਪਣਾ ਚੰਗਾ ਹੋਊਗਾ ਆਪਾਂ ਬਿਨਾਂ ਕਿਸੇ ਦੇ ਮਤਲਬ ਤੋਂ ਕਿਸੇ ਦਾ ਚੰਗਾ ਕਰਨਾ ਆ ਇਹ ਚੀਜ਼ ਮੈਨੂੰ ਪਤਾ ਨਹੀਂ ਸੀ ਇਹ ਵਿਨੇ ਭਾਈ ਨੇ ਦੱਸੀ ਆ ਮੈਨੂੰ ਤੇ ਵਿਨੇ ਭਾਈ ਆਪਾਂ ਸਿੱਖ ਗਏ ਕਿ ਨਹੀਂ ਬੈਲਡਿੰਗ ਵਾਲੀ ਲੱਗੀ ਮਾਮਾ ਗਵਾਂਢੀ ਵਾਲੀ ਤੇ ਨੀ ਲੈ ਬੈਲਡਿੰਗ ਕਰਦੇ ਬੈਡ ਤਾਂ ਨੀ ਕਸੂਰ ਹੈਗਾ ਕਸੂਰ ਤੇਰਾ ਆ ਬੈਡ ਚ ਕੋਈ ਗਲਤੀ ਨੀ ਹੈਗੀ ਤੁਹਾਡੀ ਨਾਲ ਦੀ ਦੁਕਾਨ ਉਤੋਂ ਵੀ ਵਧੀਆ ਤੇ ਉਤੋਂ ਵੀ ਲਗਜ਼ਰੀ ਬ੍ਰਾਂਡਾਂ ਦੇ ਮਾੜੇ ਨਾ ਬੋਲੀਆਂ ਜਦੋਂ ਮੇਰੇ ਨਾ ਅੱਖਾਂ ਤੇ ਲੱਗਣੀਆਂ ਨਕੋਦਾ ਦਰਬਾਰ ਤੇ ਸਾਰਾ ਬੇਸਨ ਇਹਨਾਂ ਕੇ ਜਾਂਦਾ ਅਣੇ ਚੱਲੀ ਜਾਂਦੇ ਧੱਕੇ ਨਾ ਕਰਾਈ ਜਾਂਦੇ ਮੈਨੂੰ ਚਾਹ ਕਿਉਂ ਨੀ ਹੈਗਾ ਭਾਜੀ ਮੈਨੂੰ ਬਹੁਤ ਚਾਹ ਆ ਕਮਾਈ ਮਿਹਨਤ ਦੇ ਸਾਬ ਨਹੀਂ ਹੈਗੀ ਨਾ ਤੇ ਡੱਬੇ ਵੰਡਣੇ ਆ ਆਪਾਂ ਡੱਬੇ ਵੰਡ ਰਹੇ ਆ ਤੇ ਖੋਲ ਕੇ ਬੈਠੇ ਹੋਏ ਆ ਰਾਹ ਚ ਕੁਝ ਖਾਣ ਨੂੰ ਮਿਲਦਾ ਨੀ ਨਾ ਭੁੱਖ ਲੱਗ ਰਹੀ ਹੈ ਡਿਆ ਹੀ ਖੋਲ ਖੋਲ ਖਾਈ ਜਾਂਦੇ ਭੁੱਖ ਹਾਂਜੀ ਚੱਕੋ ਪਰੋਠਾ ਲੋ ਵੀ ਮਿੱਤਰੋ ਤਿਆਰੀਆਂ ਦਾ ਚਲੋ ਚੱਲੀ ਜਾਂਦੇ ਆਪਾਂ ਵਿੱਚ ਸ਼ੂਟ ਸ਼ਾਟ ਚੱਲੀ ਜਾਂਦੇ ਕੱਪੜੇ ਕੁਪੜੇ ਵਿੱਚ ਰੁਲੀ ਜਾਂਦੇ ਤੇਰਾ ਚਕਾ ਦੇਣਾ ਕੱਲ ਇੰਗੇਜਮੈਂਟ ਅੱਜ ਤੂੰ ਘੁੰਮੀ ਜਾਣਾ ਮੋਹਾਲੀ ਦੀ ਸੜਕਾਂ ਤੇ ਨਹੀਂ ਨਹੀਂ ਘਰੇ ਜਾਣਾ ਪਿਆ ਅੱਜ ਕੱਲ ਇੰਗੇਜਮੈਂਟ ਆ ਵਿੱਚੇ ਮੂਵੀ ਚੱਲੀ ਜਾਂਦੀ ਵਿੱਚੇ ਗਾਣੇ ਚੱਲੀ ਜਾਂਦੇ ਧੱਕੇ ਨਾ ਕਰਾਈ ਜਾਂਦੇ ਤੇਰੀ ਇੰਗੇਜਮੈਂਟ ਇਦਾਂ ਮੈਨੂੰ ਚਾਹ ਕਿਉਂ ਨਹੀਂ ਹੈਗਾ ਭਾਜੀ ਮੈਨੂੰ ਬਹੁਤ ਚਾਹ ਆ ਸਵਾਹ ਚਾਹ ਆ ਤੈਨੂੰ ਤੇ ਇੱਕ ਗੱਲ ਹੁਣੀ ਨੋਟ ਕਰਕੇ ਹਟੇ ਆਪਾਂ ਤੇ ਭਾਜੀ ਕਹਿੰਦਾ ਕਿੱਦਾਂ ਸੰਤਰੇ ਲਾਏ ਹੋਣੇ ਨਾ ਲੈਣਾ ਸਿਰ ਦੇਖ ਲਾ ਚਾਰ ਫੱਟੀਆਂ ਲਾਈਆਂ ਵਾ ਫੱਟੀਆਂ ਦਾ ਚਾਰ ਚਾਰ ਲਾਈਨਾਂ ਲਾਈਆਂ ਆ ਤੇ ਭਾਈ ਤੂੰ ਇਹ ਦੇਖ ਮਤਲਬ ਕਿ ਚਲੋ ਆਪਣਾ ਤਾਂ ਜਿਨ੍ਹਾਂ ਦਾ ਕੰਮ ਸੈੱਟ ਆ ਉਹ ਹਿਸਾਬ ਦਾ ਟਕਾਇਆ ਕਿ ਦੇਖ ਲਾ ਹੁਣ ਹਵਾ ਹੂਆ ਚੱਲੇ ਡਿੱਗੇ ਨਾ ਡਿੱਗੇ ਨਾ ਦੇਖ ਲਾ ਸੰਤਰੇ ਸੰਤਰਾ ਨਾ ਜੋੜਿਆ ਮਿਹਨਤ ਦੇਖ ਦੇ ਭਾਜੀ ਇੱਕੋ ਵਾਰ ਵੀ ਨਹੀਂ ਲੱਗਾ ਹੋਣਾ ਤੇ ਇੱਕ ਚੀਜ਼ ਨੋਟ ਕਰ ਉਹ ਜਿਹੜੇ ਮਿਹਨਤ ਕਰਦਾ ਪਿਆ ਉਹਦੀ ਕਮਾਈ ਚੈੱਕ ਕਰ ਵਿਚਾਰੇ ਦੀ ਕਮਾਈ ਮਿਹਨਤ ਦੇ ਸਾਬ ਨਹੀਂ ਹੈਗੀ ਨਾ ਨਹੀਂ ਹੈਗੀ ਕਿਉਂ ਨਹੀਂ ਹੈਗੀ ਪਰ ਇਹ ਵੀ ਕਈਆਂ ਨਾਲੋਂ ਫੇਰ ਚੰਗੇ ਆ ਹਾਂ ਕਈਆਂ ਨਾਲੋਂ ਚੰਗੇ ਆ ਫੇਰ ਇਹ ਵੀ ਕਈਆਂ ਨਾਲੋਂ ਚੰਗੇ ਆ ਕਈਆਂ ਨੂੰ ਇਹ ਵੀ ਨਹੀਂ ਮਿਲਦਾ ਨਾਲੋਂ ਥੋੜੇ ਬਹੁਤ ਚੰਗੇ ਆ ਹਾਂ ਸਾਡੇ ਨਾਲ ਵੀ ਉੱਤੇ ਹੈਗੇ ਕਿਉਂ ਚੰਗੇ ਆ ਹੁਣ ਆਉਣ ਵਾਲੇ ਹਰੇਕ ਸਾਲ ਹੋਰ ਕੀ ਪਤਾ ਇਹ ਕਿੱਥੇ ਹੋਣ ਕਿੱਥੇ ਹੋਣ ਜਿੱਦਾਂ ਆਪਣੇ ਵਾਲੇ ਪਿਛਲੇ 5 ਸਾਲਾਂ 'ਚ ਮੈਂ ਵੀ ਇੱਥੇ ਹੀ ਸੀਗਾ ਇੱਥੇ ਹੀ ਸੀਗੇ ਆਪਾਂ ਆਪਣਾ ਵੀ ਸੂਤ ਲੱਗਾ ਆ ਮਤਲਬ ਕਿ ਇਹ ਆ ਕਿ ਆਪਾਂ ਹਿੰਮਤ ਨਹੀਂ ਹਾਰੀ ਸੂਤ ਨਹੀਂ ਲੱਗਾ ਆਪਾਂ ਹਾਰੇ ਨਹੀਂ ਤਾਂ ਕਰਕੇ ਸੂਤ ਹਾਂ ਹਾਰੇ ਨਹੀਂ ਆਪਾਂ ਜੇ ਚੱਕੋ ਪਰੋਂਠਾ
ਜਿਹੜੇ ਡੱਬੇ ਵੰਡਣੇ ਆ ਆਪਾਂ ਡੱਬੇ ਵੰਡਣੇ ਆ ਤੇ ਹੋੜ ਕੇ ਬੈਠੇ ਹੋਏ ਆ, ਰਾਹ ਚ ਕੁਛ ਖਾਣ ਨੂੰ ਮਿਲਦਾ ਨੀ ਨਾ, ਭੁੱਖ ਲੱਗ ਰਹੀ ਆ, ਡੈ ਹੀ ਖੋਲ ਖੋਲ ਖਾਈ ਜਾਂਦੇ, ਭੁੱਖ ਲੱਗ ਰਹੀ ਆ, ਨਹੀਂ ਲੱਗ ਰਹੀ, ਨੀ ਭੁੱਖ ਲੱਗ ਰਹੀ ਆ, ਭੁੱਖ ਲੱਗ ਰਹੀ ਆ, ਚੀਅਰਸ ਖਾ ਰਹੇ ਹੈ, ਇਹੀ ਕਿਸੇ ਨੂੰ ਦੇ ਦੇਣਾ ਬਾਬਾ ਜੀ, ਸੁਧੀਰ ਡੱਬੇ ਚ ਇੱਕ ਪੀਸ ਖਾ ਲੈਣਾ, ਸੁਧੀਰ ਵਾਲੇ ਦੀ ਜਿਹੜੀ ਮਿਠਾਈ ਹੈ ਨਾ ਉਹ ਲੋ ਵੀ ਮਿੱਤਰੋ ਤਿਆਰੀਆਂ ਚੱਲਦੀਆਂ ਪਈਆਂ ਫੁੱਲ, ਅਤੇ ਜਿਹੜਾ ਫੈਬਰਿਕ ਹੈ ਨਾ ਆਪਣੇ ਵਿਆਹ ਲਈ ਰਿਸੈਪਸ਼ਨ ਲਈ, ਭਾਅ ਜੀ ਉਹਨਾਂ ਨੇ ਸਪੈਸ਼ਲ ਸੱਦੇ ਆ ਬੰਦੇ, ਘੈਂਟ ਕੰਮ ਘੈਂਟ ਵਰਗ ਕਰਦੇ ਆ, ਚੈੱਕ ਕਰੋ ਜੀ। ਇਹ ਹੁਣ ਲੱਗੀ ਆਪਣੇ ਹਾਲ ਦੀ ਐਂਟਰੈਂਸ, ਅਤੇ ਇਹ ਹੈਗਾ ਹਾਲ, ਬੜਾ ਪਿਆਰਾ ਹਾਲ ਆ ਅਤੇ ਬਹੁਤ ਖੁੱਲ੍ਹਾ ਵੀ ਆ, ਉਵੇਂ ਇੱਥੇ 1200-1500-2000 ਬੰਦੇ ਅਰੇਂਜਮੈਂਟ ਕਰ ਲਓ, ਉਵੇਂ 3000 ਦਾ ਵੀ ਕਰ ਲਓ ਭਾਈ, ਦੱਸਦੇ ਸੀਗੇ ਸਟੇਜ ਤਿਆਰ ਹੀ ਰੱਖਦੇ ਆ, ਬਹੁਤ ਸੋਹਣੀ ਡੈਕੋਰੇਸ਼ਨ ਆ, ਜਿਹੜੀ ਇਹਨਾਂ ਦੀ ਕਰੋਕਰੀ ਵੀ ਆ ਨਾ ਉਹ ਵੀ ਇਹਨਾਂ ਨੇ ਬਾਹਰੋਂ ਮੰਗਾਈ ਹੋਈ ਆ, ਘੈਂਟ ਕੰਮ ਕਰਦੇ ਆ, ਸੋ ਜੇ ਸੀ ਰਿਸੋਰਟ ਗਰਾਇਆ ਜਿਨ੍ਹਾਂ ਕਰਕੇ ਸਾਰਾ ਉਪਰਾਲਾ ਵਧੀਆ ਕਹਿੰਦੇ ਹੋ ਜਾਣਾ ਆਪਣਾ। ਚਲੋ ਭਾਅ ਜੀ ਉਹਨੇ ਆਪਣੇ ਵਧੀਆ ਮਿੱਤਰ ਆ, ਵਧੀਆ ਯਾਰ ਦੋਸਤ ਆ, ਅਤੇ ਚੈੱਕ ਕਰੋ ਸਾਰੀ ਕਰੋਕਰੀ, ਅਤੇ ਇਹਨਾਂ ਦੇ ਪਿਆਰ ਕਰਕੇ ਆਪਣਾ ਸਾਰਾ ਫੰਕਸ਼ਨ ਕਹਿੰਦੇ ਘੈਂਟ ਹੋ ਰਿਹਾ, ਅਤੇ ਜੇ ਤੁਸੀਂ ਵੀ ਕਿਸੇ ਨੇ ਲਾਗੇ ਛਾਗੇ ਫੰਕਸ਼ਨ ਕਰਾਉਣਾ, ਚਾਹੇ ਦੂਰੋਂ ਕਰਵਾਉਣਾ ਆ, ਬਹੁਤ ਦੂਰੋਂ ਦੂਰੋਂ ਫੰਕਸ਼ਨ ਕਰਵਾਉਂਦੇ ਲੋਕ ਇੱਥੇ ਆ ਕੇ, ਅਤੇ ਜੇ ਤੁਸੀਂ ਵੀ ਫੰਕਸ਼ਨ ਕਰਵਾਉਣਾ ਇਹਨਾਂ ਨਾਲ ਕੋਂਟੈਕਟ ਕਰ ਸਕਦੇ ਆ, ਚੈੱਕ ਕਰੋ ਬਹੁਤ ਖੁੱਲ੍ਹਾ ਹਾਲ ਹੈ। ਸੋ ਮਿੱਤਰੋ ਆਪਾਂ ਹੁਣ ਪਹੁੰਚੇ ਹਾਂ ਜੀਸੀ ਰਿਸੋਰਟ ਦੇ ਓਨਰ ਸਾਹਿਬ ਨਾਲ ਮਿਲਦੇ ਪਏ ਆ, ਇਹਨਾਂ ਨੇ ਕਰਾਉਣੀ ਆ ਤਾਂ ਕਹਿੰਦੇ 3 ਤਰੀਕ ਨੂੰ, ਪਿੱਛੇ ਚੈੱਕ ਕਰ, ਪਿੱਛੇ ਦਿਖਾ ਦੇ ਭਾਅ ਜੀ, ਹਾਂ ਹੈਗਾ ਐਂਟਰੈਂਸ, ਐਂਟਰੈਂਸ ਮਤਲਬ ਕਿ ਕੱਲ੍ਹ ਦਾ ਵਿਆਹ ਹੈ ਅਤੇ ਉਹਦੀਆਂ ਤਿਆਰੀਆਂ, ਆਪਣੀ ਐਂਟਰੈਂਸ ਹੋਰ ਵੀ ਘੈਂਟ ਹੋ ਗਈ, ਇਹ ਹੈਗਾ ਸੈਲਫੀ ਪੁਆਇੰਟ, ਆਹ ਮੈਨੂੰ ਸਾਇੰਸ ਸਿਟੀ ਲੱਗੀ ਜਾਂਦੀ ਆ, ਕਵਰ ਕਵਰ ਹੋਣਾ, ਕਵਰ ਸਰ ਕਵਰ ਹੋਣਾ, ਬਾਹਰੋਂ ਕਵਰ ਕਰਤਾ ਸਾਰਾ ਫੈਬਰਿਕ ਦੇ ਨਾਲ, ਕਵਰ ਕਰ ਜਿੰਨੇ ਵੀ ਫੰਕਸ਼ਨ ਹੋਏ ਆ ਸਾਡੇ ਫੈਮਿਲੀ ਦੇ ਸਾਰੇ ਇੱਥੇ ਹੀ ਹੋਏ ਆ, ਤਕਰੀਬਨ ਮੇਰੇ ਯਾਰਾਂ ਦੋਸਤਾਂ ਦੇ ਵੀ ਇੱਥੇ ਹੀ ਹੋਏ ਆ, ਤੇਰੀ ਫੈਮਿਲੀ ਚ ਮੁੰਡੇ ਦਾ ਵਿਆਹ ਤਾਂ ਤੇਰਾ ਪਹਿਲਾਂ ਹੋਣ ਲੱਗਾ ਆ ਭਰਾਵਾ, ਕੀ ਹੋ ਗਿਆ ਤੈਨੂੰ ਭਾਜੀ, ਦੱਸਿਓ ਉਹਦਾ ਰੋਹੀ ਦਾ ਕਿੱਥੇ ਹੋਇਆ, ਭੂਆ ਦੇ ਮੁੰਡੇ ਦਾ ਇੱਥੇ, ਇੱਥੇ ਤੇ ਦੂਜਾ ਕੀ ਉਹਨੂੰ ਕਹਿੰਦੇ ਆ ਰਿਸ਼ਤੇਦਾਰਾਂ ਦਾ ਕਿੱਥੇ ਹੋਇਆ, ਇੱਥੇ ਇੱਥੇ ਤੇ ਪੁਲਸੀ ਦਾ ਭਰਾਵਾ ਕਿੱਥੇ ਹੋਇਆ, ਇੱਥੇ ਚੱਕੋ ਬਰੋਟਾ, ਹਾਲੇ ਤਾਂ ਹਾਲ ਦਿਖਾਉਣਾ ਤੁਹਾਨੂੰ, ਹਾਲ ਬੰਦੇ ਦਾ ਸਪੈਸ਼ਲ ਪਾਣਾ ਆ, ਖਿਆਲ ਰੱਖਿਓ ਇਹ ਬੰਦਾ ਅਹਿਮ ਰੋਲ ਨਿਭਾ ਰਿਹਾ, ਇਹ ਬੰਦਾ ਰੋਲ ਨਿਭਾ ਰਿਹਾ, ਇਹ ਸਪੈਸ਼ਲ ਆਇਆ ਹੈ ਕਿੱਥੋਂ ਹੈ, ਕਿੱਥੋਂ ਹੈ, ਇਹਨੂੰ ਇਹ ਕਲਕੱਤੇ ਤੋਂ ਆ, ਬਿਲਕੁਲ ਹੁਣ ਕਿੱਥੋਂ ਆਏ ਆ, ਹੁਣ ਆਪ ਕਹਾਂ ਸੇ ਆਏ ਹੋ, ਕਲਕੱਤਾ ਸੇ, ਕੰਟੀਨਿਊ ਆ ਚੈੱਕ ਕਰੋ ਫਿਰ ਨਾ ਵੀ ਦੱਸ ਦਿੰਦੇ।
ਰੋਟੀ ਪਾਣੀ ਖਾਵੇ ਤੇ ਬਰਾਬਰ ਹੀ ਜਾਵੇ ਸਿੱਧਾ ਹੀ ਅੰਦਰ ਤੁਹਾਡੇ ਲਈ ਸਹੂਲਤਾਂ ਆ ਲਾਗੇ ਛਾਕੇ ਦੇਖ ਲੋ ਜੋੜੇ ਕਰੋ ਕੋਈ ਕਰਾਓ ਕੋਈ ਹਿੱਲਾ ਵਸੀਲਾ ਇਹਦੇ ਵਾਸਤੇ ਨੀ ਖੇਡੇਗੀ ਤੇਰੇ ਡੀਜੇ ਦਾ ਨਾਮ ਕੀ ਆ ਡੀਜੇ ਨਾਮ ਕੀ ਆ ਸਾਰੇ ਪਾਸੇ ਬਲੋਕ ਕਰ ਦੋ ਤੇ ਇਹਦੇ ਵਸ ਦੀ ਨੀ ਖੇਡ ਹੈਗੀ ਨਹੀਂ ਬਹੁਤ ਘੈਂਟ ਕੰਮ ਲੱਗੂਗਾ ਤੇ ਬਾਬੇ ਸਿਰਾ ਕਰਾ ਦੀ ਇੱਥੇ ਵੀ ਵਧੀਆ ਕਰਾਉਣਾ ਸਾਲਿਆ ਪੈਸੇ ਪੂਰੇ ਦਿੱਤੇ ਸਾਲਾ ਕਹਿੰਦਾ ਇਕੱਲੇ ਵਿਆਹ ਤੇ ਪੈਸੇ ਪੂਰੇ ਦਿੱਤੇ ਆ ਸਾਲਿਆ ਚਲੋ ਬਈ ਆਹ ਹੋ ਗਿਆ ਜੀ ਇੱਥੇ ਹੋਣਾ ਆਪਣੀ ਤਿਆਰੀਆਂ ਜਾਗੋ ਜੁਗੋ ਵਾਲਾ ਗਵਾਂਢੀਆਂ ਨੇ ਸਾਥ ਦਿੱਤਾ ਹਮੇਸ਼ਾ ਸਾਥ ਦਿੰਦੇ ਆਪਣਾ ਕਿਉਂਕਿ ਵਧੀਆ ਬਣਾਈ ਹੋਈ ਇੱਦਾਂ ਕਹੀ ਜਾਵੇ ਇੱਧਰੋਂ ਪਲਾਟ ਸਾਫ਼ ਹੋ ਗਿਆ ਇੱਧਰਲਾ ਪਲਾਟ ਸਾਫ਼ ਹੋ ਗਿਆ ਇੱਧਰ ਜਾਗੋ ਹੋਜੂਗੀ ਅਤੇ ਇੱਧਰ ਆਪਣਾ ਚਾਹ ਪਕੌੜਾ ਹੋਊਗਾ ਚਲੀਏ ਬਾਬਾ ਜੀ ਫਿਰ ਜਲੰਧਰ ਨੂੰ ਪਿੱਲਰ ਦਾ ਡਿੱਗਣ ਲੱਗਾ ਇਹ ਕਿਸੇ ਨੇ ਸੱਟ ਦੇਣਾ ਮੈਨੂੰ ਲੱਗਦਾ ਇਹ ਮੇਰੇ ਸਿਰੇ ਪਊਗਾ ਹੁਣ ਰਹਿਣ ਦੇ ਦੇਖੋ ਉਹ ਕਰ ਦਿਓ ਕਿ ਅੱਜ ਹੋ ਜੂ ਕਿ ਨਹੀਂ ਕਿ ਮੈਂ ਤੁਹਾਡੀ ਨਾਲ ਦੀ ਦੁਕਾਨ ਆ ਜਾਵਾਂ ਜਿਹੜੀ ਆਓ ਨਾਲ ਦੀ ਵੀ ਆਪਣੀ ਹੈ ਆਓ ਨਾਲ ਦੀ ਵੀ ਤੁਹਾਡੀ ਹੈ ਤੁਸੀਂ ਕਦੇ ਟੈਨਸ਼ਨ ਨਹੀਂ ਨਾਲ ਦੀ ਵੀ ਤੁਹਾਡੀ ਹੈ ਹੋ ਗਿਆ ਹੈ ਫਿਰ ਰੈਡੀ ਸਾਰਾ ਕੁਝ ਤੁਹਾਨੂੰ ਫੋਨ ਕਰਾਂਗਾ ਸਪੈਸ਼ਲ ਤੋਂ ਪਿੱਛੇ ਭੇਜਾਂਗਾ ਆ ਬਾਪੂ ਜੀ ਲਈ ਹੈ ਆ ਛੋਟੇ ਭਰਾ ਲਈ ਆ ਵੀ ਛੋਟੇ ਭਰਾ ਲਈ ਉਹ ਵੀ ਛੋਟੇ ਭਰਾ ਲਈ ਆਪ ਆ ਕੇ ਦੇਖ ਲਿਆ ਆਪਣੇ ਲਈ ਮੇਰੇ ਲਈ ਕੁਝ ਨਹੀਂ ਆਇਆ ਤੁਸੀਂ ਬਾਪੂ ਨੂੰ ਸਹਿਜ ਜਿਹੜਾ ਮਰਜ਼ੀ ਪਾ ਲੈਣਾ ਇਹਨਾਂ ਨੇ ਆਓ ਚੇਤਾ ਭੁੱਲ ਗਿਆ ਭਰਾਵਾ ਇੱਥੇ ਕੇ ਯਾਦ ਆ ਡੈਡੀ ਵੀ ਲਿਉਣਾ ਹੀ ਨਾਲ ਹਾਂਜੀ ਠੀਕ ਹੈ ਬਾਜੀ ਸੈਟਿਸਫਾਈ ਹੈ ਆਹ ਇਹ ਚੀਜ਼ ਜਿਹੜਾ ਵਧਾ ਲਈ ਤੁਸੀਂ ਪਾ ਪਾ ਕੇ ਚਾਹ ਆ ਗਈ ਲੋਗੀ ਲੋ ਮਿੱਤਰੋ ਚਾਹ ਆ ਗਈ ਆ ਖਾਲਸਾ ਖਾਲਸਾ ਮੈਨ ਸਟੂਡੀਓ ਥੋੜਾ ਜਿਹਾ ਮੇਰਾ ਇੰਗਲਿਸ਼ ਵਿੱਚ ਸਲੈਂਗ ਘੱਟ ਹੈ ਨਾ ਤਾਂ ਕਰਕੇ ਰਸ਼ ਚੈੱਕ ਕਰੋ ਇੱਥੇ ਇੱਦਾਂ ਹੀ ਹੁੰਦਾ ਇਹ ਮਾੜਾ ਦਿਖਾਉਣਾ ਬਸ ਇਹਨਾਂ ਰਸ਼ ਚਲੋ ਚੱਕੋ ਪਰੌਂਠਾ ਵਧੀਆ ਜਦੋਂ ਭਾਈ ਐਂਟਰ ਕਰਦੇ ਰਸ਼ ਬਹੁਤ ਪੈ ਜਾਂਦਾ ਨਹੀਂ ਨਹੀਂ ਕੰਮ ਹੀ ਤੁਹਾਡਾ ਤੇ ਵਧੀਆ ਪਿਆਰ ਕਰਨ ਵਾਲੇ ਮੇਰੇ ਕਰਕੇ ਨਹੀਂ ਤੁਹਾਡਾ ਕੰਮ ਵਧੀਆ ਤੁਹਾਡਾ ਨਾਮ ਬੋਲਦਾ ਤਾਂ ਕਰਕੇ ਵਧੀਆ ਆ ਬਾਹਰ ਜਾ ਕੇ ਦਿਖਾ ਰਸ਼ ਕਰਨਾ ਨਹੀਂ ਕਰਨਾ ਹੋਰ ਵਧਣਾ ਮੇਰੀ ਸੀਟ ਬੁੱਕ ਹੋਈ ਨਹੀਂ ਲੋ ਵੀ ਮਿੱਤਰੋ ਕੱਲ ਦੀ ਹੈਗੀ ਐਂਗੇਜਮੈਂਟ ਤੇ ਵਾਲ ਕਟਾਉਣ ਆਏ ਹੋਏ ਆ ਸਨੀ ਭਾ ਕੋਲ ਇਹ ਹੀ ਹੁਣ ਸੈੱਟ ਕਰੂਗਾ ਸਾਰੇ ਸਾਡੇ ਆਹ ਕੀ ਆ ਵਾਲ ਜੇ ਤੇ ਬਾਕੀ ਗੱਲ ਹੈਗੀ ਇਦਾਂ ਵਾਲ ਕੱਟ ਬਾਬਾ ਜਲਦੀ ਟਾਈਮ ਨਹੀਂ ਹੈਗਾ ਤੋਂ ਅਗਲੇ ਵੀ ਸਪੀਕ ਆ ਗਈ ਆ ਜੀ ਬਣਾ ਕੇ ਮੁੰਡੇ ਮੁੰਡੇ ਆ ਬਾਬੇ ਫੋਟਿੰਗ ਵੀ ਕਰਾਇਆ ਪੋਸੀਆ ਭਾਵੇਂ ਉਹ ਤੇਰਾ ਭਲਾ ਜੇ ਕੀ ਬਾਤ ਐਨ ਵਧੀਆ ਤਰੀਕੇ ਕਰਦੇ ਹੋ ਸਨੀ ਭਾ ਮੇਰੇ ਗੱਲਾਂ ਠੀਕ ਨਹੀਂ ਲੱਗਦੇ ਦੇਖਾ ਵੀ ਠੀਕ ਨਹੀਂ ਲੱਗਦੀ ਆ ਮੈਂ ਤੇਰੀ ਹਰਕਤ ਹਾਂ ਕੀ ਆ ਚੱਕੋ ਪਰੌਂਠਾ ਜਦੋਂ ਕੱਲ ਗੋਟ ਦੇ ਲੱਗਣੀ ਨਾ ਹਾਂ ਇਹ ਗੋਟ ਦੀ ਵੈਲਿਊ ਪਤਾ ਕਿੰਨੀ ਹੋਣੀ ਹੈ 40,000 ਰੁਪਏ ਕੀ ਪਿਛਲੀ ਗੱਲ ਤੇ ਆ ਤੂੰ ਵੈਲਿਊ ਦੱਸੀ ਘੜੀ ਦੀ ਔਰ ਗਾਰੰਟੀ ਕਾਰਡ ਜਿੱਤੋਂ ਇਹ ਆਂਦੇ ਮੁੰਡੇ ਦਾ ਭਰਾ ਆਇਆ ਬੜੋ ਚੱਕ 40,000 ਦੀ ਘੜੀ ਪਾ ਰਿਹਾ ਮੁੰਡਾ ਗੁੱਟ ਤੇ ਹੈ ਠੀਕ ਆ ਤੇ ਥਾਰ ਅਗਲੇ ਕੰਪਨੀਆਂ ਲੈ ਗਏ
ਜਿੰਨੀਆਂ ਗੱਡੀਆਂ ਕਹਿੰਦਾ ਸਾਰੀਆਂ ਰੇਲ ਗੱਡੀ ਲੈ ਕੇ ਆਉਣੀ ਕਹਿੰਦਾ ਢਿੱਲੋ ਭਾਜੀ ਗੱਡੀਆਂ ਕਹਿੰਦਾ ਵੇਚਦਾ ਪਿਆ ਮੈਂ ਕਿਹਾ ਭਾਜੀ ਅਸੀਂ ਸਾਰੇ ਵੇਚਦੇ ਪਏ ਹਾਂ ਮੈਂ ਕਿਹਾ ਅਸੀਂ ਰਲ ਕੇ ਰੇਲ ਗੱਡੀ ਲੈ ਰਹੇ ਹਾਂ ਸਪਨੇ ਨੀ ਪੂਰੇ ਕਰ ਸਕਦੇ ਲਾ ਕੇ ਲਗਜ਼ਰੀ ਰਾਡੋ ਜਿਹਦੇ ਸੁਪਨੇ ਦੇਖਦੇ ਆ ਲੋ ਵੀ ਵਿਆਹ ਵਾਲਾ ਮਾਹੌਲ ਆ ਘਰ ਦੇ ਵਿਚ ਪੂਰੀਆਂ ਰੌਣਕਾਂ ਚੱਲਦੀਆਂ ਪਈਆਂ ਕਹਿੰਦੇ ਰੌਣਕਾਂ ਹੀ ਨੀ ਕਿੱਥੇ ਇੱਥੇ ਹੀ ਆ ਆਹ ਕਮਰੇ ਚ ਰੌਣਕਾਂ ਬਾਹਰ ਸਾਰੇ ਪਾਸੇ ਸਾਰੇ ਚੁੱਪ ਸ਼ਾਂਤੀ ਆ ਮੈਨੂੰ ਇੱਦਾਂ ਲੱਗਦਾ ਰਹਿੰਦਾ ਮੇਰੀ ਇੰਗੇਜਮੈਂਟ ਵਿਆਹ ਹੀ ਨਹੀਂ ਹੈਗਾ ਅੱਜ ਵੀਡੀਓ ਘਰੇ ਆਉਂਦੇ ਹੋਰੇ ਹੋਰੇ ਕੋਟ ਲਾਈਏ ਓਏ ਬੱਬੇ ਭਾਜੀ ਚੈੱਕ ਕਰ ਉਹ ਸਕਰੈਚ ਨਾ ਭਾਜੀ ਕੋਲੇ ਨਾ ਸਕਰੈਚ ਨਹੀਂ ਪੈਣਾ ਚਾਹੀਦਾ ਮੈਂ ਤੁਹਾਨੂੰ ਦੱਸੀ ਜਾਂਦਾ ਚੰਗਾ ਵੀਰੇ ਹਾਂਜੀ ਚੱਕੋ ਪਰੋੜਾ ਹੋਈ ਗੱਲ ਇਹ ਹੋਈ ਚੀਜ਼ ਹੈ ਕਿ ਨਹੀਂ ਗੱਲਬਾਤ ਇਹ ਮੈਨੂੰ ਪਾਇਆ ਲੱਗਦਾ ਕਿਹੜਾ ਉਹ ਤੂੰ ਪਾ ਕੇ ਲਿਆ ਵਾ ਉਹ ਜੂਠੇ ਆ ਬੂਟ ਬੂਟ ਜੂਠੇ ਆ ਉਹ ਨਹੀਂ ਉਹ ਚਾਰ ਚਾਰ ਚ ਬੂਟ ਪਾਏ ਚੱਕ ਲਿਆ ਭੁੱਲ ਭੁਲੇਖੇ ਚੱਕ ਲਿਆ ਕਿਹੜੇ ਬੂਟ ਲਿਆ ਭਾਜੀ ਹਲੇ ਇਹ ਕਿਹੜੇ ਆ ਏਅਰ ਫੋਰਸ ਆ ਆ ਤੇਰੇ ਕੋਲ ਇਹਦੇ ਨਾਲ ਨਿਊ ਬੈਲੈਂਸ ਨੋ ਬੈਲ ਇਹ ਕਿੰਨੇ ਦਾ ਹੈ $350 ਬਾਬਾ ਜੀ ਇੰਨੇ ਤਾਂ ਮੇਰੀ ਉਹ ਬੋਲੀ ਨੀ ਲੱਗਣੀ ਜਿੰਨੇ ਮੈਂ ਕੱਪੜੇ ਪਾ ਘੁੰਮੀਆਂ ਨੇ ਮਹਿੰਗੇ ਪੂਰਾ ਬਾਬਾ ਜੀ ਚੈੱਕ ਕਰੋ ਬਾਬਾ ਮੈਨੂੰ ਬਾਬਾ ਮੈਨੂੰ ਰਿਚ ਰਿਚ ਕਦ ਲੱਗੀ ਜਾਂਦਾ ਮੈਂ ਆਪਣੇ ਆਪ ਨੂੰ ਹੈ ਨਾ ਰਿਚ ਕਿਹੜੇ ਸੇ ਲੱਗੀ ਜਾਂਦਾ ਵਿੱਕੀ ਮੁੜਕ ਤੂੰ ਉਹ ਵੀ ਦੇਣੇ ਮੰਮਾ ਕਿਸ਼ਤਾਂ ਵੀ ਜਾ ਕੇ ਦੇਣੀ ਇਹਨਾਂ ਦੀਆਂ ਜਿਹੜਾ ਤੂੰ ਲੈ ਕੇ ਆਇਆ ਚੱਕ ਕਿਸ਼ਤਾਂ ਵੀ ਦੇਣੀਆਂ ਇਹਨਾਂ ਦੀਆਂ ਕਿੰਨਾ ਧਾਰ ਕਰਕੇ ਆਇਆ ਕਿੰਨਾ 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 ਕਰਜ਼ ਚੱਕਿਆ ਮੈਂ ਚੱਕਿਆ $10,000 ਕਿਉਂ ਕਿੰਨੇ ਬਣ ਗਏ ਇੰਡੀਆ ਦੇ 5 lakh ਆਹ ਬੂਟ ਲੈ ਜੀ ਤੇ ਥੋੜ੍ਹਾ ਜਿਹਾ ਲਾ ਦੀ ਮੈਨੂੰ ਪਸੰਦ ਨਹੀਂ ਆਏ ਸੋਹਣੇ ਬਹੁਤ ਘੈਂਟ ਬੱਬੇ ਦਾ ਉਹ ਫਲੈਕਸੀਬਲ ਜਿਹੇ ਬਹੁਤ ਇਹਨਾਂ ਦਾ ਹਾਈਲਾਈਟ ਕਿਹੜੇ ਇਹ ਨਿਊ ਬੈਲੈਂਸ ਨਿਊ ਬੈਲੈਂਸ ਨਿਊ ਬੈਲੈਂਸ ਸਾਡਾ ਲੋ ਬੈਲੈਂਸ ਇਹਦਾ ਨਿਊ ਬੈਲੈਂਸ ਹਾਂਜੀ ਚੱਕੋ ਪਰੋਠਾ ਆਹ ਬੜੀ ਮਾੜਾ ਬਾਈ ਆਹ ਬੜੀ ਬ੍ਰਾਂਡਾਂ ਦੇ ਮਾੜੇ ਨਾ ਬੋਲੀਆਂ ਜੀ ਤਾਂ ਮੇਰੇ ਨਾ ਅੱਖਾਂ ਤੇ ਲੱਗਣੀਆਂ ਅੱਖਾਂ ਤੇ ਭਾਜੀ ਹੈਗੀ ਬਰਬਰੀ ਭਾਜੀ ਮੂੰਹ ਭਰ ਜਾਂਦਾ ਕਹਿਣ ਵੇਲੇ ਰੱਖ ਕਹਿੰਦਾ ਮੂੰਹ ਭਰ ਜਾਂਦਾ ਕਹਿੰਦੇ ਨੂੰ ਓਹ ਮਾਈ ਗੋਡ
ਪਾਜੀ ਐਨਕ ਲਿਆਂਦੀ ਹੈ ਤਾਂ ਚੇਂਜ ਹੀ ਹੋ ਗਿਆ ਉਹ ਲਾਈਟ ਵੇਟ ਬ੍ਰੋ ਲਾਈਟ ਵੇਟ ਬ੍ਰੋ ਪਰਪਲ ਮੈਨੂੰ ਤੇਲ ਤੂੰ ਲਾਇਆ ਲੈ ਕੇ ਉਹ ਦੇਖੀ ਸਾਰਾ ਬੈਡ ਲਪੇੜੀ ਫਿਰਦਾ ਅੱਗੇ ਪਿੱਛੇ ਇਹਨਾਂ ਨੇ ਕਦੀ ਮਾਲਸ਼ ਨਹੀਂ ਕੀਤੀ ਸਾਰੇ ਦੇ ਘਰੇ ਜਾਣਾ ਮਾਲਸ਼ ਕਰਕੇ ਸਿਰ ਦੀ ਸਲੂਨ ਦੇ ਖੜਿਆ ਤੁਸੀਂ ਇਹਨੇ ਸਲੂਨ ਭਰਾਵਾ ਨਾਈ ਦੀ ਦੁਕਾਨ ਸੀ ਇਹਦੇ ਤੋਂ ਕਰਾ ਕੋਈ ਨਾ ਕੋਈ ਤਾਂ ਕਰਾਉਣਾ ਹੀ ਮੈਂ ਹਲੋ ਬੇਟੇ ਕੀ ਨਹੀਂ ਤੁਸੀਂ ਕੁਛ ਲਾਏ ਨਹੀਂ ਨਹੀਂ ਨੈਪਕਿਨ ਹਾਂ ਚਲਾ ਵੇਖ ਚਲ 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 ਦੋ ਹੀ ਖੁੱਲੀਆਂ ਲੈ ਬੈਠੋ ਫਿਰ ਸਿਰ ਸਾਫ ਕਰਦੇ ਤੇ ਸਾਡੇ ਸਰਾਣੇ ਲਪੇਟ ਦੇ ਰਾਤ ਨੂੰ ਇਦਾਂ ਬ్రో ਇਹਦਾ ਕੀ ਨਾਮ ਹੈ ਬ్రో ਲੂਸ ਬਟਨ ਕੀ ਬ్రో ਹੈ ਲੋਈ ਬਟਨ ਲੋਈ ਬਟਨ ਚਲੋ ਸੌਂ ਇੱਕ ਮਿੰਟ ਮੋਮ ਇਧਰ ਓਪਨਿੰਗ ਸੈਰਮਨੀ ਚੱਲਦੀ ਹੈ ਓਪਨਿੰਗ ਸੈਰਮਨੀ ਓਏ ਬਾਬੇ ਲਾਈਸ ਬਟਨ ਇਹ ਇਹ ਆਪਾਂ ਜੇ ਮੂੰਹ ਭਰਨਾ ਹੋਵੇ ਕਿਤੇ ਕਹਿੰਦੇ ਨੇ ਲੋਈ ਬਟਨ ਰਾਈ ਬਟਨ ਤੁਸੀਂ ਕਿੱਥੇ ਕਰਦੇ ਜਾਓ ਓਏ ਯੈਕ ਸੱਚ ਜ਼ਮੀਨ ਇਹਨਾਂ ਦੇ ਨਾਂ ਤੇ ਕੀ ਹਾਲ ਚਾਲ ਹਾਂਜੀ ਹੁਣ ਦੱਸ ਬੈਲਡਿੰਗ ਵਾਲੀਆਂ ਭਰਾ ਨੂੰ ਕਹੀਏ ਨਾ ਮਾਮਾ ਟਾਂਕੇ ਲਾ ਕੇ ਰਲ ਮੋਕੀ ਰਲ ਲਿਆ ਕਰਨ ਲਾਈ ਆ ਬਚ ਕੇ ਗਾਣੇ ਅੱਛਾ ਸਾਡੇ ਵੀ ਭਰਾ ਘਰ ਦੇ ਬਾਹਰ ਆ ਹੋਰ ਕੁਛ ਨੀ ਲਿਆ ਜਦੋਂ ਦਸ ਹਜ਼ਾਰ ਦਾ ਡਾਲਰ ਦਾ ਜਿੱਥੇ ਦਸ ਹਜ਼ਾਰ ਡਾਲਰ ਦਾ ਲੋਨ ਲਿਆ ਦਸ ਹਜ਼ਾਰ ਸਰਦੀਆਂ ਸੋਨੇ ਦੀ ਇੱਟ ਲੱਗੀ ਜਾਂਦੀ
ਬਿਸਕੁਟ ਕੀ ਸੋਨੇ ਦਾ ਬਿਸਕੁਟ ਨੀ ਇੱਟ ਕਹਿੰਦੇ ਇਹਨੂੰ 24 ਕੈਰਟ ਚਲਾਉਣਾ ਸਿੱਖ ਪਹਿਲਾਂ ਭਾਈ ਦੱਸੋ ਇਹਨੂੰ ਕਿੱਦਾਂ ਚੱਲਦਾ ਇਹ ਰਿਚ ਲੱਗ ਰਹੀ ਬ੍ਰੋ ਕਰਦੀ ਭਰਜਾਈ ਨਾ ਦਿਓਰ ਟੀਚਰਾਂ ਕਹਿ ਬਹੁਤ ਮਾੜੀ ਗੱਲ ਆ ਕਿ ਤੁਸੀਂ ਪਰਫਿਊਮ ਸੁੰਘ ਨੀ ਸਕਦੇ ਬਿਊਟੀਫੁਲ ਸਹੀ ਗੱਲ ਆ ਜੈਂਟਲਮੈਨ ਹਾਂਜੀ ਉਹ ਤਾਂ ਤੂੰ ਲੱਗਦਾ ਹੀ ਆ ਵਿਆਹ ਤੋਂ ਬਾਅਦ ਜੈਂਟਲਮੈਨ ਹੀ ਆ ਤੂੰ ਥੈਂਕ ਯੂ ਸੋ ਮਚ ਲਵ ਯੂ ਵੀਰ ਜੱਫੀ ਪਾਵੇ ਚੱਲ ਭਰਾ ਹੁਣ ਬਲੌਗ ਬਣ ਗਿਆ ਵਾਪਸ ਲੈ ਜੱਫੀ ਪਾਵੇ ਬਲੌਗ ਬਣ ਗਿਆ ਆਈਦੀ ਆ ਆਪਣਾ ਕੁਝ ਨਹੀਂ ਹੈਗਾ ਇਹਦੇ ਵਿੱਚ ਹੀ ਡੱਬਾ ਵੀ ਸਿੱਧਰ ਪੈ ਗਿਆ ਸੌਰੀ ਬ੍ਰੋ ਸੌਰੀ ਵਾਪਸ ਵੀ ਲੈ ਕੇ ਜਾਣੇ ਆ ਗੇਮ ਇਹ ਹੈ ਅਸਲੀ ਰਾਜ ਭਰਾ ਮੇਰਾ ਹੋਰ ਕੀ ਕੀ ਲੈ ਕੇ ਆਇਆ ਹੁੱਡੀਆਂ ਜੀਨਸ ਬਹੁਤ ਕੁਝ ਬਸ ਸਹੀ ਹੈ ਤੁਸੀਂ ਸਭ ਕੁਝ ਛੱਡ ਜਾਣਾ ਤੇ ਤੁਹਾਨੂੰ ਮੈਂ ਬੀਐਮਐਸ ਤੋਂ ਸ਼ਾਪਿੰਗ ਕਰਾ ਦੇਣੀ ਜਾਂਦੇ ਹੋਏ ਇੱਕ ਜੀਨ ਹੀ ਇੱਕ ਪਜਾਮਾ ਇੱਕ ਸ਼ੂਜ਼ ਲੈ ਕੇ ਇੱਕ ਬੂਟ ਛੱਡ ਦਿਓ ਇੱਕ ਜੈਕਟ ਬਾਹਰ ਲੈ ਦਿਓ ਬਾਅਦ ਦੇ ਤੁਰ ਜਾਣਾ ਸੀ ਹਾਂ ਜਿੱਦਾਂ ਪਿਛਲੇ ਦੀ ਗਿਆ ਘੜੀ ਲੈ ਹੈ ਪਿਛਲੇ ਦੀ ਪਤਾ ਕੀ ਹੋਇਆ ਘੜੀ ਲਾ ਕੇ ਨਾ ਗੁੜ ਤੇ ਮੈਨੂੰ ਦਿੱਲੀ ਚੜਾਉਣ ਜਾਵਾਂ ਮੇਰੇ ਦਿਮਾਗ 'ਚ ਆ ਗਿਆ ਮੈਂ ਘੜੀ ਹੁਣ ਕਿਹੜੇ ਹਿਸਾਬ ਨਾਲ ਲਾਵਾਂ ਮੈਂ ਕਿਹਾ ਦਹੀਂ ਯਾਰ ਉੱਥੇ ਘੜੀ ਲਾ ਜਾਵਾਂ ਸਨੈਪਚੈਟਾਂ ਪਾਉਣੀਆਂ ਜਾਨੂੰ ਇੰਦਰ ਚਲ ਗਿਆ ਮੈਨੂੰ ਬਾਹਰ ਪਿੱਛੋਂ ਦਿਖਾਈ ਮੈਂ ਕਿਹਾ ਰੇ ਘੜੀ ਤੇਰਾ ਭਰਾਵਾ ਵਿਛਾੜੇ ਬੜੇ ਮਹਿੰਗੇ ਸਾਡੇ ਇੱਧਰ ਆਇਆ ਭਾਈ ਮੈਂ ਬੰਦਿਆ ਇੱਧਰ ਆ ਰੁਮਾਲ ਬੰਨ ਲਓ ਰੁਮਾਲ ਨਹੀਂ ਤੋਲੀਆਂ ਦੇ ਦਿਓ ਮੜਾ ਜਾ ਉਹਨੋਂ ਹੈ ਨਾ ਤੋਲੀਆਂ ਵੀ ਮਹਿੰਗਾ ਰੁਮਾਲ ਨਹੀਂ ਉਹ ਵੀ ਬਾਹਰੋਂ ਲੈਂਦਾ ਇਹ ਤਾਂ ਪ੍ਰਭਾਵ ਹੀ ਬੜਾ ਪਾਉਣ ਦੇ ਫਿਰ ਨਹੀਂ 10 ਪ੍ਰਭਾਵ ਦਾ ਤੁਹਾਨੂੰ ਸਾਡਾ ਪ੍ਰਭਾਵ ਭਾਜੀ ਅਸੀਂ ਆਪਣੇ ਲਈ ਪਾ ਰਹੇ ਆ ਤੁਹਾਡੇ ਲਈ ਨਹੀਂ ਪਾ ਰਹੇ ਉਹੀ ਨਹੀਂ ਲੈਂਦਾ ਤੇਲ ਉਹ ਤੇਲ ਬਾਬੇ ਕਿੰਨਾ ਜ਼ਹਿਰੀਲਾ ਲਾਇਆ ਹੋਇਆ ਉਹ ਵੀ ਮਾਰ ਮੈਂ ਨਾ ਬਾਲਦੀ ਬੜੀ ਉਹਨੂੰ ਖੁਸ਼ੀ ਬੜੀ ਚੱਲ ਗਈ ਲੱਗਾ ਉਹ ਦੂਜਾ ਨਹੀਂ ਨੈਪਕਿਨ ਦੋ ਨੈਪਕਿਨ ਆ ਗਈ ਹੈ ਇਹਨੂੰ ਖੋਲ ਕੇ ਦੋਣਾ ਫਿਰ ਨਵੀਂ ਭਾਜੀ ਐਡ ਕਰਦਾ ਸੀ ਵੀਡੀਓ ਮੈਂ ਵੀ ਐਡ ਕਰਦਾ ਸੀ ਕਹਿੰਦਾ ਤੇਰਾ ਭਰਾ ਵੀ ਐਡ ਕਰਨ ਲੱਗਾ ਬਰੇ ਹੋ ਜਾਓ ਬਰੇ ਹੋ ਜਾਓ ਸਾਲਾ ਭੱਜ ਕੇ ਐਡ ਕਰਨ ਲੱਗਾ ਇਫੈਕਟ ਉਫੈਕਟ ਵਾ ਸਕਦਾ ਏ ਇਫੈਕਟ ਇਧਰੋਂ ਵੀ ਆਣਾ ਨਾ ਤੁਹਾਡੇ ਵੱਜ ਬੁੱਜ ਗਿਆ ਘਾਟਾ ਹੋ ਜਾਣਾ ਮੈਨੂੰ ਇਹ ਟੈਨਸ਼ਨ ਪੈ ਗਿਆ ਤੂੰ ਕਮਰੇ ਦਾ ਫੇਰਾ ਕੱਟ ਕੇ ਫੇਰ ਤੂੰ ਐਡ ਕਰਨੀ ਤਾਂ ਹੀ ਸਾਨੂੰ ਕਹਿੰਦਾ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਸੋ ਜਾਓ ਬਾਬੂ ਸੋ ਜਾਓ 2 ਵੱਜ ਗਏ ਰੱਬ ਦਾ ਵਾਸਤਾ ਆ ਉਹ ਤਾਂ ਠੀਕ ਹੈ ਤੂੰ ਹੀ ਕੁੱਕਣੋਂ ਹਟੋਂਗੇ ਤੇ ਠੀਕ ਬੇਚਾਰੀ ਦੀ ਲੱਤਾਂ ਬਾਹਰ ਹੁੰਦੀਆਂ ਪਈਆਂ ਆਹ ਲੱਤਾਂ ਦੋਈ ਅੰਦਰ ਆ ਦੇਖ ਲਾ ਮੈਂ ਮਗਰ ਵੀ ਨਹੀਂ ਥਾ ਆਈ ਉਹ ਬਾਬੇ ਬੈੱਡ ਦਾ ਨਹੀਂ ਕਸੂਰ ਹੈਗਾ ਕਸੂਰ ਤੇਰਾ ਆ ਬੈੱਡ 'ਚ ਕੋਈ ਗਲਤੀ ਨਹੀਂ ਹੈਗੀ ਨਹੀਂ ਲਾਂਬਾ ਤਾਂ ਉਹਨੂੰ ਬੈੱਡ ਬੰਦੇ ਨੇ ਪੁੱਟੇ ਹੁੰਦੇ ਉਹ ਬਾਬੇ ਸਹੀ ਗੱਲ ਉਹ ਦੇਖੀ ਉੱਟ ਕੇ ਦੇਖ ਮਾੜਾ ਜਿਹਾ ਉੱਟ ਕੇ ਦੇਖੀ ਉਹ ਦੇਖ ਚੈੱਕ ਕਰ ਯਾਰ ਦੋਸਤ ਉਹਨਾਂ ਦੁਸ਼ਮਣਾਂ ਦੀ ਲੋੜ ਹੀ ਨੀ ਪੈਂਦੀ ਮੈਂ ਕਿਹਾ ਬਾਹਰ ਜਾ ਕੇ ਬਾਥਰੂਮ ਨਹਾਓ ਕਹਿੰਦਾ ਤੁਹਾਡੇ ਇੱਥੇ ਖੇਤਾਂ ਚ ਨੀ ਜਾ ਕੇ ਨਹਾਉਂਦੇ
ਗਰੀਬੀ ਬਸਾ ਹੀ ਚੱਕੀ ਗਈ ਆ, ਕਹਿੰਦਾ ਤੁਸੀਂ ਬਾਹਰ ਨੀ ਜਾਂਦੇ ਜਾ ਚੱਲ ਜਾ ਫਿਰ, ਖੇਤ ਬਹੁਤ ਲੱਗ ਗਏ, ਵੱਟਾ ਲੈ ਜਾ ਨਾਲੇ ਕ ਨਵੀਂ ਬਾਈ ਬਾਹਰ ਆਇਆ ਕਿੱਦਾਂ ਇਹਨੂੰ ਫੱਟੇ ਤੇ ਬਣਾਉਣਾ ਸੀ ਬਾਈ, ਫੱਟੇ ਇਹਨੂੰ ਬੱਟੇ ਤੇ ਪਾ ਕੇ ਡਰਾਈਵ ਮਾਰ ਰਹੀ ਹੈ, ਦਿਨ ਪਏ ਆ ਰੋਡ ਤੇ, ਉਹਨਾਂ ਨੇ ਰੋਡ ਤੇ ਬਹੁਤ ਜ਼ਿਆਦਾ ਫੋਨ ਰਹਿ ਗਿਆ ਘਰੇ, ਹੁਣ ਫੇਰ ਦੁਬਾਰਾ ਜਾਣਾ ਪੈਣਾ, ਵਿੱਕੀ ਵੀ ਹਲੇ ਤੱਕ ਪਹੁੰਚਿਆ ਨੀ, ਪਤਾ ਨੀ ਕਿੱਥੇ ਰਹਿ ਗਿਆ, ਹਾਂਜੀ ਚੱਕੋ ਪਰੋਠਾ ਲੋ ਵੀ ਮਿੱਤਰੋ ਤਿਆਰ ਤੁਰ ਹੋ ਗਏ, ਐਨ ਵਿਚਾਲੇ ਰੋਡ ਦੇ ਖੜੇ ਆ, ਟਾਇਰ ਪਾੜ ਗਿਆ, ਐ ਹੁੰਦੇ ਆ ਕੰਮ, ਉਹ ਰੱਖਾ ਭੀੜਣਾ ਮੈਂ ਬੋਤੀ ਪਹਿਲੇ ਚਿਰ ਤੋਂ ਔਖੀਆਂ ਕਮਾਈਆਂ ਜੱਟ ਨੇ, ਲੋ ਵੀ ਮਿੱਤਰੋ ਕਹਿੰਦੇ ਆ ਯਾਰੀਆਂ ਕਮਾਈਆਂ ਜਿਹੜੀਆਂ ਨਾ ਪਰਖਣ ਲਈ ਨੀ ਹੁੰਦੀਆਂ, ਆਪਾਂ ਇੱਕ ਹੀ ਫੋਨ ਕੀਤਾ ਗੱਡੀ ਛੁੰਕਦੀ ਆ ਗਈ ਪੰਜਾਬ ਪੁਲਿਸ ਦੀ, ਮੈਨੂੰ ਪੈਸੇ ਮੋੜ ਦਿਓ ਬੰਦਾ, ਮੈਂ ਬਾਹਰ ਸੱਦ ਲਿਆ ਕੋਈ, ਤੂੰ ਹਾਂਜੀ ਲੋ ਵੇ ਮਿੱਤਰੋ ਮੋਰਨਿੰਗਾਂ ਹੋ ਗਈਆਂ, ਵਹਿਰੀਆਂ ਵਹਿਰੀਆਂ ਗੁੱਡ, ਤੇ ਇੰਗੇਜਮੈਂਟ ਤੋਂ ਅਗਲੇ ਦਿਨ ਹੀ ਚਾਹ ਚੱਲਦੀ ਪਈ ਹੈ, ਨਾਲ ਆਲੂ ਵਾਲੇ ਪਰੌਂਠੇ ਬਣਨ ਲੱਗੇ ਆ, ਇਹੀ ਸੋਚ ਸੋਚ ਕੇ ਦੋਨੋਂ ਇੱਥੇ ਬੈਠੇ ਘਰੇ ਨਹੀਂ ਜਾਂਦੇ ਪਏ, ਪਰੌਂਠੇ ਤਾਂ ਜਾਣ ਅੰਦਰ ਟੱਟੀ ਕਰਨ, ਬੰਦਾ ਝੂਠ ਬੋਲ ਬੋਲ ਕੇ ਨਾ ਫਸ ਜਾਂਦਾ ਹੁੰਦਾ, ਤੂੰ ਪਰੌਂਠਾ ਨੀ ਖਾਂਦਾ ਪੈ ਆਲੂ ਵਾਲਾ, ਤੈਨੂੰ ਸ਼ਰਮ ਹੈ ਕਿ ਨੀ, ਇਹ ਮਾਤਾ ਨੇ ਗਰਮ ਗਰਮ ਪਰੌਂਠੇ ਲਾਏ, ਮੈਨੂੰ ਦੱਸੋ ਇਹਨੂੰ ਕੁਛ, ਕੋਟੀ ਦੀ ਲੋੜ ਸੀ ਅੱਜ ਮੈਂ ਪਾ ਕੇ ਜਾਣੀ ਸੀ, ਮੈਂ ਕੱਪੜੇ ਛੱਡ ਆਇਆ, ਉਹ ਤੇਰੇ ਲਈ ਨੀ ਭਰਾਵਾ ਵਿਹਲੀ ਆ, ਆਲੂ ਵਾਲੇ ਪਰੌਂਠੇ ਹਾਂਜੀ ਹਾਂਜੀ ਮੇਰੀ ਆ, ਤੌਲੀਆ ਨੀ ਪੂੰਜਣਾ ਪਾਣੀ ਪੂੰਜਣਾ, ਕਹਿੰਦਾ ਤੋਲੀਆ ਪੂੰਜਣਾ, ਤੋਲੀਆ ਨਾ ਪੂੰਜਣਾ ਪਾਣੀ, ਹਾਂ ਸਹੀ ਹੈ ਬਾਬਾ, ਵਧੀਆ ਲੈ ਆਹ ਦੇਖਿਓ ਹੁਣ ਦੇਖਣ, ਬਹੁਤ ਫਰਕ ਹੈ ਤੋਲੀ 'ਚ, ਆਹ ਦੇਖੋ ਹੁਣ ਹੱਥ ਲਾ ਕੇ ਸਾਰਾ ਪਾਣੀ ਇਹਨੇ ਸੋਖ ਲਿਆ, ਮੇਰੇ ਨਾਲ ਦੇ ਵੀ ਆਉਂਦੇ ਹੋਏ ਆ, ਫਗਵਾੜੇ ਆਏ ਆ, ਚਾਚੂ ਕੀ ਪਿੰਡ ਆ ਬਾਈ ਉਹਨਾਂ ਦਾ, ਤੇ ਬਹੁਤ ਹੀ ਘੈਂਟ ਬੰਦੇ ਆ ਬਾਈ ਹੁਣੀ, ਤੇ
ਕੰਮ ਕਰਦੇ ਆ, ਮਿਹਨਤ ਕਰਦੇ ਆ। ਮੈਂ ਵਲੋਗ ਦੇ ਵਿੱਚ ਪਾਉਣਾ ਨਹੀਂ ਸੀ, ਪਰ ਮੈਂ ਵਲੋਗ ਦੇ ਵਿੱਚ ਤਾਂ ਪਾਉਣ ਲੱਗਾ ਹਾਂ ਕਿਉਂਕਿ ਹੈ ਨਾ ਬਾਈ ਸਵੇਰ ਦਾ ਨਿਕਲਿਆ ਹੋਇਆ, ਬਾਈ ਨੇ ਦੱਸਿਆ ਕਿ ਆਪਾਂ ਆਹ ਕੋਰੀਅਰ ਦਾ ਕੰਮ ਕਰਦੇ ਹਾਂ ਅਤੇ ਕਹਿੰਦਾ ਅੱਜ ਨਹੀਂ ਤਾਂ ਕੱਲ੍ਹ ਕੁਛ ਬਣਾਂਗੇ, ਕਿਹਾ ਨਾ ਬਾਈ ਇਹ ਗੱਲ ਅਤੇ ਇਹੀ ਹੀ ਮਤਲਬ ਕਿ ਹਿੰਡ ਮੇਰੀ ਸੀਗੀ, ਅੱਜ ਨਹੀਂ ਤਾਂ ਕੱਲ੍ਹ ਕੁਝ ਬਣਾਂਗੇ ਹੈ ਨਾ। ਅਤੇ ਬਾਕੀ ਮੈਂ ਕਹਿੰਦਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ, ਜਿਹੜਾ ਮਿਹਨਤ ਕਰਦਾ ਨਾ ਬਾਈ ਉਹਦੇ ਜਿਹੜੇ ਦਸ ਆ ਉਹ ਵੀ ਗਿਣੇ ਜਾਣੇ ਤੇਰੇ, ਇਹ ਤਾਂ ਹੈ ਬਾਈ, ਇੱਕ ਨਾ ਇੱਕ ਦਿਨ ਤਾਂ ਫਲ ਮਿਲਣਾ ਹੀ ਮਿਲਣਾ ਮਿਲਣਾ ਹੀ ਮਿਲਣਾ। ਚਲ ਮੈਂ ਕਹਿੰਦਾ ਚਲੋ ਮਾਲਕ ਫਲ ਦੇਵੇ, ਹਾਂਜੀ ਆਪਾਂ। ਮੈਨੂੰ ਵੀਰੇ ਭਾਈ ਨੇ ਇੱਕ ਗੱਲ ਦੱਸੀ ਵੀਰੇ ਭਾਜੀ, ਯਾਦ ਆ ਤੈਨੂੰ ਮੈਂ, ਤੂੰ ਮੈਨੂੰ ਕਿਹਾ ਸੀਗਾ, ਆਪਾਂ ਕਿਹਾ ਸੀਗਾ ਆਪਾਂ ਜੇ ਕਿਸੇ ਦਾ ਚੰਗਾ ਸੋਚਾਂਗੇ ਤੇ ਤਾਂ ਸਾਡਾ ਚੰਗਾ ਹੋਊਗਾ, ਰੱਬ ਸਾਡਾ ਚੰਗਾ ਕਰੇਗਾ। ਹਾਂਜੀ ਇੱਕ ਗੱਲ ਦਿਮਾਗ 'ਚ ਬਿਠਾਉਣੀ ਹੈ, ਵੀਰੇ ਭਾਈ ਨੇ ਦੱਸਿਆ ਆ ਕਿ ਆਪਾਂ ਕਿਸੇ ਦਾ ਚੰਗਾ ਸੋਚਣ ਲਈ ਨਾ, ਮਤਲਬ ਕਿ ਜੇ ਕਿਸੇ ਦਾ ਚੰਗਾ ਕਰਨਾ, ਇਹ ਨਹੀਂ ਸੋਚਣਾ ਕਿ ਆਪਣਾ ਚੰਗਾ ਹੋਊਗਾ। ਹਾਂਜੀ ਆਪਾਂ ਬਿਨਾਂ ਕਿਸੇ ਦੇ ਮਤਲਬ ਤੋਂ ਕਿਸੇ ਦਾ ਚੰਗਾ ਕਰਨਾ ਆ, ਇਹ ਚੀਜ਼ ਮੈਨੂੰ ਪਤਾ ਨਹੀਂ ਸੀ, ਇਹ ਵਿਨੇ ਭਾਈ ਨੇ ਦੱਸੀ ਆ ਮੈਨੂੰ। ਤੇ ਵਿਨੇ ਭਾਈ ਆਪਾਂ ਸਿੱਖ ਗਏ ਕਿ ਨਹੀਂ? ਸਿੱਖ ਗਏ ਹਾਂ, ਜਦੋਂ ਕਿਸੇ ਦਾ ਮਤਲਬ ਕਿ ਆਪਾਂ ਚੰਗਾ ਕਰਨਾ ਨਾ, ਆਪਾਂ ਹਮੇਸ਼ਾ ਇਹ ਕਹਿਣਾ ਆ ਕਿ ਬਾਈ ਜੀ ਆਪਾਂ ਇਹ ਸੋਚਣਾ ਕਿ ਅਗਲੇ ਦਾ ਚੰਗਾ ਹੋਵੇ, ਪਰ ਇਹ ਨਾ ਸੋਚਣਾ ਕਿ ਮੇਰੇ ਚੰਗੇ ਲਈ ਅਗਲੇ ਦਾ ਚੰਗਾ ਹੋਵੇ, ਹਾਂ ਉਹ ਵੀ ਆਪਾਂ ਮਤਲਬ ਲਈ ਸੋਚ ਰਹੇ ਫਿਰ ਹੈ ਨਾ। ਸੋ ਬਾਈ ਡਟੇ ਰਹਿਣਾ ਆ, ਤੇ ਲਵ ਯੂ ਆ, ਰੱਬ ਦੀ ਮਿਹਰ ਆਪਾਂ ਲੱਗੇ ਹੋਏ ਆ, ਨਹੀਂ ਨਹੀਂ ਲੱਗੇ ਕਦੇ ਨਾ ਕਦੇ ਆਪਾਂ, ਨਾ ਨਾ ਤੇ ਬਾਕੀ ਜਦੋਂ ਦਿਲ ਕਰੇ ਆਓ, ਤੁਹਾਡਾ ਆਪਣਾ ਘਰ ਆ ਉਹ ਬਾਈ, ਸਿੱਧਾ ਹੀ ਆਇਆ ਮੈਂ ਕਹਿੰਦਾ ਪਿਆਰ ਦਾ ਦੱਸਗਾ, ਠੀਕ ਹੈ, ਪਹਿਲਾਂ ਵੀ ਬਹੁਤ ਵਾਰੀ ਆਇਆ ਮੈਂ ਕਿਹਾ ਤੁਸੀਂ ਚੰਡੀਗੜ੍ਹ ਹੁੰਦੇ ਤਾਂ ਕਰਕੇ, ਅੱਛਾ ਠੀਕ ਹੈ, ਹੋਰ ਬਹੁਤ ਜ਼ਿਆਦਾ ਰਿਸਪੈਕਟ ਦੇ ਰਹੇ ਬਾਈ, ਉਹ ਨਹੀਂ ਨਹੀਂ ਭਾ, ਸਹੀ ਸਮਝ, ਨਾ ਨਾ ਮੈਂ ਤਾਂ ਕਹਿੰਦਾ ਮੈਂ ਤੁਹਾਡੇ ਸਾਰਿਆਂ ਕਰਕੇ ਚੱਲਦਾ ਪਿਆ, ਜੇ ਚੱਲਦਾ ਪਿਆ ਜੇ ਤੁਸੀਂ ਸਭ ਦੇਖੋਗੇ ਨਹੀਂ ਕਿੱਦਾਂ ਚੱਲਾਂਗੇ, ਨਹੀਂ ਚੱਲਾਂਗੇ, ਇਹ ਬਸ ਇਹ ਕੋਈ ਮਾਣ ਵਾਲੀ ਗੱਲ ਨਹੀਂ, ਇਹ ਤੁਸੀਂ ਸਾਨੂੰ ਬਣਾਇਆ, ਮੈਂ ਮੇਰੇ ਘਰ ਦੇ ਪੋਦੇ ਤੇ ਬਾਈ, ਥੈਂਕ ਯੂ, ਮੇਰੀ ਵਾਈਫ ਨੂੰ ਲਵ ਯੂ ਬਾਜੀ। ਮਿੱਤਰੋ ਉਹ ਦੋ ਸੋਰੀ ਲੋ ਮਿੱਤਰੋ ਨੀ ਲੋ ਵੀ ਮਿੱਤਰੋ ਅੱਜ ਹੈਗੀ 21 ਤਰੀਕ ਤੇ ਉਹ 22 ਅੱਜ 21 ਤਰੀਕ ਨੂੰ ਤੇਰੀ ਇੰਗੇਜਮੈਂਟ ਸੀਗੀ ਮਾਮਾ, ਕੱਲ ਲੋ ਵੀ ਮਿੱਤਰੋ ਕੱਲ ਸੀਗੀ ਮੇਰੀ ਇੰਗੇਜਮੈਂਟ 21 ਤਰੀਕ ਨੂੰ, 22 ਤਰੀਕ ਨੂੰ ਅਸੀਂ ਸਵੇਰ ਦੇ ਨਿਕਲੇ ਆ, ਹੁਣ ਕਾਰਡ ਜਿਹੜੇ ਰਹਿ ਗਏ ਸੀ ਮੰਡਲ ਵਾਲੇ, ਮੈਂ ਕਿਹਾ ਮੋਗਾ ਏਰੀਆ ਨਬੇੜ ਦੀ ਹੈ ਨਾ, ਜਿੰਮੇਵਾਰੀਆਂ ਯਾਰ ਬਹੁਤ, ਵਿਆਹ ਨੂੰ ਰਹਿ ਗਏ ਆ 7-8 ਦਿਨ ਨਹੀਂ, ਤੇ ਉਹ ਤਾਂ ਘਰਾਂ ਚ ਐ ਹੁੰਦਾ ਕਿ ਮੁੰਡਾ ਘਰੋਂ ਬਾਹਰ ਨੀ ਕੱਢਣ ਦਿੰਦੇ, ਨਿਕਲ ਜਾਣ ਨੀ ਦਿੰਦੇ ਹੈਨਾ, ਤੇ ਆਹ ਦੇਖ ਲਓ ਪਤਾ ਨੀ ਕਿਹੜੇ ਹਾਈਵੇ ਤੇ ਪਿਆ ਆ, ਵੀਰ ਕਿੱਧਰ ਨੂੰ ਚੱਕ ਲਿਆ, ਪਤਾ ਕੀ ਹੁੰਦਾ ਤੁਹਾਨੂੰ ਦੱਸਦਾ, ਚੱਲ ਜਦੋਂ ਹੈਨਾ ਇਹ ਚੀਜ਼ਾਂ ਦੇਖ ਲਾ ਕੀ ਬਣੀ ਆ, ਕਿ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਬਾਹਰ ਨੀ ਨਿਕਲਣਾ, ਉਹ ਜੋ ਗਾਨੇ ਤੋਂ ਬਾਅਦ ਜਾਂ ਆਹ ਜਿਹੜੀ ਰਸਮਾਂ ਹੁੰਦੀ ਨਾ, ਪਰ ਜਦੋਂ ਜ਼ਿੰਮੇਵਾਰੀ ਆ ਉਹ ਬਾਹਰ ਕਢਾਉਂਦੀ ਆ, ਹੁਣ ਸਮਝ ਲਓ ਆਪਾਂ ਕਿ ਹੁਣ ਜਿਹੜੇ ਕੰਮ ਆ ਮੇਰੇ ਤੋਂ ਬਿਨਾਂ ਹੋਣੇ ਨਹੀਂ ਹੈਗੇ ਤੇ ਮੈਨੂੰ ਕਰਨੇ ਹੀ ਪੈਣੇ ਆ, ਤੇ ਜ਼ਿੰਮੇਵਾਰੀ ਦੇ ਉੱਤੇ ਮੈਨੂੰ ਨਹੀਂ ਲੱਗਦਾ ਵੀ ਆਹ ਚੀਜ਼ਾਂ ਆ ਜਾਂਦੀਆਂ ਕਿ ਹਾਂ ਕਿ ਬਾਹਰ ਨਹੀਂ ਨਿਕਲਣਾ, ਕਿਉਂਕਿ ਹੁਣ ਮੈਂ ਘਰ ਦੇ ਥੋੜ੍ਹਾ ਦੁਖੀ ਕਰੂੰਗਾ, ਘਰ ਦੇ ਆਪਣੇ ਅੱਡ ਕੰਮ ਕਰਦੇ ਆਪਣੇ ਵਿਆਹ 'ਚ ਜਿਹੜੇ ਜਿਹੜੇ ਆਪਣੇ ਕੋਲ ਆਉਣਗੇ ਦੇਖਣਗੇ, ਹੁਣ ਉਹਨਾਂ ਕੋਲ ਆਪਾਂ ਚੱਲੇ ਆਪਾਂ ਨੂੰ ਵੀ ਟਾਈਮ ਦੇਣਾ ਪੈ ਰਿਹਾ, ਫਿਰ ਅਗਲੇ ਟਾਈਮ ਦੇ ਕੇ ਆਉਣਗੇ ਸਾਡੇ ਜ਼ਿੰਮੇਵਾਰ, ਜਿਹੜੇ ਵਧੀਆ ਮਿਲਦੇ ਵਰਤਦੇ ਆਪਣੇ ਨਾਲ ਹੈ ਨਾ, ਉਹਨਾਂ ਨੂੰ ਕਾਰਡ ਦੇਣਾ ਬਣਦਾ ਹੀ ਹੈ ਨਾ, ਬਿਲਕੁਲ, ਚਾਹੇ ਉਹ ਜਿੰਨੇ ਮਰਜ਼ੀ ਦੂਰ ਬੈਠੇ ਹੋਣ, ਪਰ ਜਿਹੜੇ ਰਹਿ ਗਏ ਜਿਹੜੇ ਜ਼ਿਆਦਾ ਦੂਰ ਹੈ ਕੋਈ ਗੁੱਸਾ ਗਿਲਾ ਨਹੀਂ ਕਰਨਾ, ਆਪਣੇ ਤੋਂ ਜਿੰਨਾ ਹੋ ਰਿਹਾ ਕਰਦੇ ਪਏ ਆ ਤੁਹਾਡੇ ਸਾਹਮਣੇ ਆ, ਕਲੀਆਂ ਇਹ ਆ ਜਿਹੜਾ ਭਰਾ ਮੇਰਾ ਮੇਰੇ ਨਾਲ ਨਾ ਹੁੰਦੇ ਨਾ, ਮੇਰੇ ਤੋਂ ਇਹ ਚੀਜ਼ਾਂ ਵੀ ਨਹੀਂ ਹੋਣੀ ਸੀ, ਸਹੀ ਗੱਲ ਹੈ, ਤੇ ਜਿੰਨੇ ਆਹ ਕਹਿਤਾ ਆਹ ਕਹਿਤਾ ਮੈਂ ਬਾਬੇ ਤੂੰ ਸੀਰੀਅਸ ਗੱਲ, ਚੰਗੋ ਪਰੋਠਾ ਅੱਜ ਆਪਾਂ ਖਾਧਾ ਪੀਤਾ ਵੀ ਸਵੇਰ ਦਾ ਕੁਛ ਨਹੀਂ ਹੈਗਾ, ਤੇ ਇੱਦਾਂ ਹੀ ਤੁਰੇ ਬਸ ਚਾਹ ਪੀਤੀ ਹੈ ਤੇ ਪਰੌਠੇ ਖਾਧੇ ਆ, ਠੀਕ ਰਹਿ ਗਈ ਆਹ ਤੇਰੀ ਗੱਲ ਮਿੱਥੇ ਆ ਗਈ, ਕੋਈ ਨੀ ਸਾਡੀਆਂ ਨੀਂਦਾਂ ਖਰਾਬ ਹੋਈਆਂ ਪਈਆਂ, ਸੋ ਅਸੀਂ ਏਦਾਂ ਦੀਆਂ ਹਰਕਤਾਂ ਕਰ ਰਹੇ ਹਾਂ, ਬਾਬਾ ਜੀ ਇਹ ਨਾ ਸੋਚੋ ਠੀਕ ਆ ਸਾਰੇ ਆਹ ਘੁੰਮੇ ਉਹਨਾਂ ਨੂੰ ਸੋਚਿਆ ਖਾ ਜਾਓ ਲੱਭ, ਮੇਰੀ ਗੱਲ ਸੁਣੋ ਹੈਗੀ ਏਦਾਂ ਕਿ ਜਿੱਦਾਂ ਕਿ ਆਪਾਂ ਜਿਹੜੇ ਬਲੌਗ ਬਣਾਉਂਦੇ ਨਾ, ਸੀਰੀਅਸ ਕਹਿੰਦਾ ਪਏ ਆ ਬਲੌਗਾਂ ਚੋਂ ਪੈਸੇ ਹੀ ਬਣਦੇ ਆ ਤਾਂ ਹੀ ਪਾਉਂਦੇ ਆ, ਨਹੀਂ ਤਾਂ ਕਿਹੜਾ ਬੰਦਾ ਸਾਰੀ ਘੜੀ ਐ ਕਰਦਾ ਆਂਗਿਆ, ਹੁਣ ਆਪਾਂ ਕਿ ਜਿਹਨੂੰ ਵੀ ਡੱਬਾ ਦੇਣ ਚੱਲੇ ਆ ਉਹ ਆਪਾਂ ਇੱਥੋਂ ਪੈਸਾ ਪੂਰਾ ਕਰ ਲੈਣਾ, ਹਾਂ ਡੱਬੇ ਤਾਂ ਘੱਟੋ ਚਲੋ ਜ਼ਿਆਦਾ ਵਿਊ ਨਹੀਂ ਜਾਣਗੇ, 10 ਡੱਬਿਆਂ ਦੇ ਪੈਸੇ ਤਾਂ ਪੂਰੇ ਹੋਣਗੇ ਹੀ,
ਮਕਾਨ ਵੰਡਣ ਚੱਲਾ ਕਿਉਂ ਸਿਰਫ ਪੈਸੇ ਹੀ ਕਮਾਉਣ ਨੂੰ ਕਰਦੇ ਆ ਸਾਰੇ ਨਾਲੇ ਪੈਸੇ ਵੀ ਕਮਾਉਣ ਨੂੰ ਨਾਲੇ ਇੱਕ ਫੈਮਿਲੀ ਫੂਮਲੀ ਕੋਈ ਬੈਠੀ ਹੁੰਦੀ ਆ ਉਹ ਵੀ ਦੇਖਦੇ ਹਾਂ ਬਈ ਆਹ ਚੀਜ਼ਾਂ ਸ਼ੁਰੂ ਕਿੱਦਾਂ ਕੀਤਾ ਕੁਛ ਕਹਿ ਕੇ ਕੁਛ ਪਤਾ ਕੀ ਭਾਜੀ ਇਹ ਪਤਾ ਕੀ ਚੀਜ਼ਾਂ ਮੈਂ ਹਨਾ ਜਿੱਦਾਂ ਬਲੌਗ ਚੱਲ ਆਪਾਂ ਦੇਖਦੇ ਤੇ ਹੈ ਨੀ ਪਰ ਮੈਨੂੰ ਇਹ ਹੁੰਦਾ ਆ ਕਿ ਜਦੋਂ ਕੋਈ ਰੋਸਟ ਹੁੰਦਾ ਨਾ ਕਿ ਚਲੋ ਮਾਲਕ ਪਤਾ ਨੀ ਆਪਾਂ ਵੀ ਹੋਈ ਜਾਈਏ ਕਿ ਕੋਈ ਨਾ ਕੋਈ ਗਲਤੀ ਹੋਈ ਜਾਂਦੀ ਹੈ ਪਰ ਗਲਤੀ ਨੂੰ ਮੰਨਣਾ ਸਿੱਖੋ ਪਰ ਪਰਦਾ ਪਾਉਣ ਵਾਲਾ ਸਿੱਖੋ ਨਹੀਂ ਜੀ ਬਲੌਗ ਉਹ ਇੱਦਾਂ ਸੀ ਤੇ ਉੱਦਾਂ ਸੀ ਉਹ ਗਲਤ ਸੀ ਗਲਤੀ ਹੋਈ ਆ ਤਾਂ ਰੋਸਟ ਹੋਈ ਜਿਹੜੇ ਭਰਾ ਭੈਣਾਂ ਦੇ ਆਪਾਂ ਨੂੰ ਮਿਲਦੇ ਆ ਜੀ ਸਾਧ ਕੇ ਮਿਲਦੇ ਆ ਉਹਨਾਂ ਨੂੰ ਪਤਾ ਆਪਾਂ ਕਿੱਦਾਂ ਦੇ ਆਪਾਂ ਇੱਦਾਂ ਦੇ ਹੀ ਆ ਆਪਾਂ ਇੱਦਾਂ ਦੇ ਹੀ ਆ ਚੱਕੋ ਪਰੋਠਾ ਹੀ ਆ ਜਿਹੜਾ ਮਿਲਦਾ ਪਹਿਲਾਂ ਆਹੀ ਆ ਕੇ ਕਹਿੰਦਾ ਚੱਕੋ ਪਰੋਠਾ ਬਾਕੀ ਇੰਜੋਏ ਕਰਿਆ ਕਰੋ ਤੇ ਇੱਕ ਹੇਟ ਤੇ ਪਿਆਰ ਬਣਿਆ ਹੀ ਆ ਉਹਨੂੰ ਇਗਨੋਰ ਕਰਕੇ ਕਿ ਹਾਂ ਜੀ ਤੁਹਾਨੂੰ ਕਿਸੇ ਰੋਸਟ ਵੀ ਕਰਤਾ ਇਹ ਨਹੀਂ ਕਿ ਦਿਲਾਂ 'ਚ ਖਾ ਰੱਖੀ ਜਾਓ ਅਗਲੇ ਦਾ ਵੀ ਕੰਮ ਆ ਕੋਈ ਚੱਕਰ ਨਹੀਂ ਹੈਗਾ ਬਾਬਾ ਜੀ ਸਭ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੇ ਲਵ ਯੂ ਸਾਰਿਆਂ ਨੂੰ ਬਲੌਗ ਪਤਾ ਨਹੀਂ ਕੀ ਬਣਾ ਦਿੱਤਾ ਆ ਮੈਨੂੰ ਹੁਣ ਬੰਦ ਹੀ ਕਰਨਾ ਪੈਣਾ ਮੈਂ ਦੋ ਹੱਥ ਦੁੱਖ ਗਿਆ ਦੋ ਹੱਥ ਦੁੱਖ ਗਿਆ ਲਵ ਯੂ ਸਾਰਿਆਂ ਨੂੰ ਚਲੋ ਜੀ ਹਾਂਜੀ ਲੋ ਵੇ ਮਿੱਤਰੋ ਪ੍ਰੋਗਰਾਮ ਹੋ ਗਿਆ ਕੈਂਸਲ ਇਹ ਆਪਣਾ ਸ਼ੁਭਮ ਵੀਰ ਪ੍ਰੋਗਰਾਮ ਆਪਾਂ ਮੈਂ ਪਹਿਲਾਂ ਤੇਰੀ ਬੇਇੱਜ਼ਤੀ ਕਰਨ ਲੱਗਾ ਆ ਭਾਈ ਪਕੌੜੇ ਮੰਗਾ ਲੈ ਪਕੌੜੇ ਪਕੌੜੇ ਮੰਗਾ ਲੈ ਮਹਾਰਾਜ ਨਾ ਚਾਹ ਇਹ ਕੀ ਗਿਆ ਚਾਹ ਜੀ ਨਾਲ ਚਾਹ ਉਹਨੇ ਦੁਕਾਨ ਤੇ ਆ ਕੇ ਇਹਨਾਂ ਬਲੌਗ ਬਣਾਈ ਜਾਵੇ ਕਿ ਪਤੰਗ ਨਾ ਚੜਾਇਆ ਕਰੋ ਚੱਕੋ ਪਰੋਡਾ ਨਹੀਂ ਪਤੰਗ ਚੜਾਇਆ ਕਰੋ ਪਰ ਵਧੀਆ ਚੜਾਇਆ ਕਰੋ ਜਿਹੜੇ ਚੱਕੋ ਪਤੰਗ ਡੋਰ ਗੁੱਡੀਆਂ ਸਭ ਕੁਛ ਆਪਣੇ ਤੋਂ ਅਵੇਲੇਬਲ ਆ ਇੱਧਰ ਕਾਰ ਦੇਣਾ ਆਪਾਂ ਭਾਈ ਨੂੰ ਕਿਹੜੀ ਜਗ੍ਹਾ ਮੋਗੇ ਮੋਗਾ ਇਹ ਮੋਗੇ ਦੀ ਕਰੀਮ ਆ ਕਰੀਮ ਅਰੋੜਾ ਬਾਈ ਰਾਖੀ ਵਾਲੇ ਬਹੁਤ ਪੁਰਾਣੇ ਇਹ ਤੁਸੀਂ ਵੀ ਰੋੜੇ ਆ ਬਿਲਕੁਲ ਰੋੜੇ ਬਿਲਕੁਲ ਬਾਬੇ ਅਸੀਂ ਵੀ ਰੋੜੇ ਆ ਇਸੇ ਖੁਸ਼ੀ ਚ ਪਕੌੜੇ 2 ਕਿਲੋ ਮੰਗਾ ਲਓ ਹਾਂਜੀ ਚੱਕੋ ਪਕੌੜਾ ਇਹਨਾਂ ਨੂੰ ਨੀ ਕਿਹਾ ਇਹਨਾਂ ਨੂੰ ਕਿਹਾ ਪਕੌੜੇ ਆ ਭਾਜੀ ਐਵੇਂ ਨਾ ਗੱਲ ਸਮਝ ਆਇਆ ਆਪਣਾ ਸ਼ੁਭਮ ਵੀਰ ਆ ਇਹਨੇ ਸੈਂਡ ਵੀ ਸੁਣ ਵੀ ਲਿਆ ਕੇ ਰੱਖ ਦਿੱਤੇ ਬਾਬਾ ਜੀ ਚਾਹ ਚੂ ਕਿੱਥੇ ਆ ਚਾਹ ਆਂਦੀ ਵੀ ਬਸ ਔਨ ਦਾ ਵੇ ਤੁਹਾਨੂੰ ਪਤਾ ਭੁੱਖ ਦੇ ਫੁੱਫੜ ਆਏ ਹੋਏ ਆ ਮੈਂ ਕਿਹਾ ਮੈਂ ਕਿਹਾ ਲੰਗਰ ਤਾਂ ਨਹੀਂ ਆਏ ਲੰਗਰ ਚੱਲਦਾ ਚਲਟਰੀ ਨਹੀਂ ਆਉਂਦੀ ਨਾ ਲੰਗਰ ਨਾਲ ਸਿੱਧੇ ਪਕੌੜੇ ਆ ਲੰਗਰ ਹਲਵੇ ਦਾ ਚੱਲਦਾ ਨਹੀਂ ਲੰਗਰ ਦੀ ਚਾਹ ਮੰਗਾ ਲਓ ਹਾਂ ਉਹ ਚਾਹ ਮੰਗਾ ਲਓ ਬੜੀ ਸਵਾਦ ਆ ਗਈ ਉਧਰੋਂ ਕਿਹਾ ਵੈਸੇ ਫੋਨ ਤੇ ਆਣੀ ਉਧਰੋਂ ਹੀ ਆ ਨੌਨ ਵੇਜ ਪਕੌੜੇ ਆ ਨਹੀਂ ਵੈਜ ਬੜੇ ਸਵਾਦ ਬੱਬੇ ਬਹੁਤ ਸਵਾਦ ਆ ਫੇਮਸ ਹੈ ਇੱਥੋਂ ਦੇ ਕੀ ਨਾਮ ਸ਼ਰਮਾ ਸਵੀਟ ਪਕੌੜੇ ਆ ਯਾਰ ਜਲੇਬੀਆਂ ਦਾ ਉਹ ਹਲਵਾਈ ਉਹ ਜਲਾ ਫੌਜੀ ਹਾਂ ਫੌਜੀ ਦੀ ਜਲੇਬੀ ਖਾਦੀ ਫੌਜੀ ਜਲੇਬੀ ਤੈਨੂੰ ਖਵਾਉਣਾ ਹੁਣ ਆਪ ਹੀ ਪੀ ਲਿਓ ਚੱਕੋ ਪਰੋਟਾ ਮੋਗੇ ਜਾ ਕੇ ਮੋਗੇ ਜਾ ਕੇ
ਜੀ ਲੋ ਵੇ ਮਿੱਤਰੋ, ਪਟਾਕੇ ਵਾਲਾ ਹੋ ਗਿਆ ਕੰਮ ਡਨ, ਅਰੋੜਾ ਬਾਈ ਰਾਖੀ ਵਾਲੇ ਬੰਬੇ ਬੰਬ ਕਰ ਦੇਣੇ ਆਪਾਂ। 1, 2, 3, 4, 5, 6, 7, 8, 9, 10, 11, 12, 13, 14, 15, 16, 17, 18, 19 ਸਾਰੇ ਸੋਲੇ ਆ, ਸਾਰੇ ਸੋਲੇ ਕਰਦੇ ਤੇ ਜਿਹੜੇ ਵੱਡੇ ਸੀਗੇ ਆ ਪੇ ਠੀਕ ਆ ਮੂਹਰੇ ਆ ਜਾਣੇ ਸਾਰੇ। ਹਾਂਜੀ ਲੋ ਵੇ ਮਿੱਤਰੋ, ਪਟਾਕਾ ਹੀ ਪਟਾਕਾ ਕਰਤਾ ਕਹਿੰਦੇ, ਇੱਥੋਂ ਲੈ ਕੇ ਡਿੱਗੀ ਵੀ ਫੁੱਲ ਕਰਤੀ ਤੇ ਆਹ ਵੀ ਸਾਰਾ ਫੁੱਲ ਕਰਤਾ ਦਿਵਾਲੀ ਖੈਰ। ਓਕੇ ਸ਼ੁਭ ਮੇਰੇ, ਥੈਂਕ ਯੂ। ਓਕੇ ਜੀ, ਕਿਸੇ ਨੇ ਪਟਾਕੇ ਲੈਣੇ ਮੋਗੇ ਤੋਂ ਘੱਟ ਰੇਟ ਦੇ ਵਿੱਚ, ਮੈਂ ਕਹਿੰਦਾ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਆ। ਆਹ ਦੁਕਾਨ ਇਹਨਾਂ ਦੀ, ਆਹ ਇਹਨਾਂ ਦਾ ਹੋ ਏਰੀਆ ਜਿਹਾ ਆ, ਪਟਾਕਾ ਪਟਾ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਭਰਾ, ਜਿਹੜਾ ਤੈਨੂੰ ਚੰਗਾ ਲੱਗਦਾ ਤੂੰ ਉਹਨੂੰ ਹੱਥ ਲਾ ਪਿੱਛੇ ਟਿੱਕੇ ਪੋਲਾ। ਜੇ ਤੂੰ ਵੀ ਬਣਾ ਵਲੋਗ, ਚੱਕੋ ਪਰੌਂਠਾ। ਸੇਮ ਵਲੋਗ ਬਣੀ ਜਾਂਦਾ ਤਾਂ ਹੀ ਕਹਿੰਦਾ ਨਹੀਂ ਬਣਾਉਣਾ ਮੈਂ ਤਾਂ ਹੀ ਜੇ ਚੱਕੋ ਪਰੌਂਠਾ। ਦੋਵੇਂ ਮਿੱਤਰੋ ਰਾਤ ਦੇ ਵੱਜ ਗਏ ਆ ਇੱਕ ਤੇ ਪਹੁੰਚ ਗਏ ਆ ਪਿੰਡ। ਪਿੰਡ ਆਪਾਂ ਜਗਾ ਦੇਣਾ ਸਾਰੇ, ਮੈਂ ਸਾਰੇ ਸ਼ੂਟ ਚਲਾ ਦੇਣੇ ਉੱਥੋਂ ਲੈ ਕੇ, ਸਾਰਾ ਪਿੰਡ ਇਕੱਠਾ ਕਰਾਉਣਾ, ਪਤਾ ਲੱਗੇ ਸਾ ਜਾਂਦਾ ਵਿਆਹ ਨਾਲ ਲੱਗੇ ਹੋਣ ਲੱਗਾ ਤੂੰ ਮੇਰੇ ਚੰਡਾ ਕਰਾਉਣੀ ਪਿੰਡ ਇਕੱਠਾ ਕਰਾ ਦੇ। ਤੇ ਰਾਤ ਦੇ 1 ਵੱਜ ਕੇ ਸਾਰੇ ਕਾਰ ਕੋਟ ਨੇ ਬੈਠ ਕੇ ਮੋਗੇ ਕਾਰ ਵੰਡਣ ਲਈ ਸੋਚ ਪੂਰੇ ਪਿੰਡ ਜਿਵੇਂ ਪਟਾਕੇ ਚਲਾਣਾ ਫੇਰ ਤੇਰਾ ਪਿੰਡ ਵਾਲਾ ਮੇਰੇ ਦਵਾਲੇ ਤੂੰ ਬੱਬਾ ਰਾਹ ਲੱਭਣਾ ਭੱਜਣਾ ਕਿਹ ਨੂੰ ਆ। ਕੋਈ ਨਹੀਂ ਬਾਣੋ ਪਾਣੀ ਹੋਇਆ, ਬਾਣੋ ਪਾਣੀ ਉਧਰ ਵੀ ਆ ਬਾਬਾ ਜੀ ਆ ਕਰਾਤੀ ਪਟਾਕੇ ਨੂੰ ਪਾ ਦਿਖਾ ਦੇ ਲੋਕ ਲਾ ਤੂੰ ਦਿਖਾ ਦੇ ਖਾਸੀ ਮੈਂ ਕਿਵੇਂ ਬਤਾ ਦੇ ਸਭ ਕੋ ਨਾਲੇ ਲਿਆ ਇੱਕ ਰੀਲ ਕੱਢੀ ਆ। ਲਓ ਵੀ ਮਿੱਤਰੋ ਪੈਸਿਆਂ ਨੂੰ ਲਾਤੀ ਅੱਗ, ਛੋਟੇ ਹੁੰਦੇ ਬਹੁਤ ਤਰਸੇ ਬਾਬਾ ਜੀ ਤੇ ਹੁਣ ਤਰਸਣਾ ਤੂੰ ਫੇਰ ਕਿੱਥੇ ਬੈਠਾ। ਚੱਕੋ ਪਰੌਂਠਾ, ਲਓ ਵੀ ਮਿੱਤਰੋ ਜਾਗੋ ਲਈ ਹੋ ਗਿਆ ਸਾਰਾ ਸਮਾਨ ਰੈਡੀ, ਰਿਸੈਪਸ਼ਨ ਚੱਕੋ ਪਰੌਂਠਾ ਕਰਾ ਦੇ। ਕਿਆ ਬਾਤ, ਅੱਤ ਕਰਾਤੀ ਆ। ਲਓ ਵੀ ਮਿੱਤਰੋ ਮੈਂ ਰਾਤ ਦੇ 2 ਵਜੇ ਆਇਆ ਅਤੇ ਸਾਡੇ ਘਰ ਹੈ ਨਾ ਗੱਡੀ ਖੜੀ ਕਰਨ ਨੂੰ ਥਾਂ ਨਹੀਂ ਹੈਗਾ ਅਤੇ ਇੱਕ ਉਹ ਪਹਿਲਾਂ ਥਾਰ ਖੜੀ, ਇੱਕ ਮਾਈਕਰਾ ਖੜੀ ਆ ਅਤੇ ਚਾਚੀ ਨੂੰ ਪਤਾ ਲੱਗਾ ਮੈਂ ਗੱਡੀ ਲੋਕ ਕਰ ਦਿੱਤੀ ਅਤੇ ਮੈਂ ਅੰਦਰ ਚੱਲਾਂ। ਚਾਚੀ ਕਹਿੰਦੀ ਗੱਡੀ ਅੰਦਰ ਖੜੀ ਕਰ, ਸੇਫ ਰਹੂਗੀ, ਬਾਹਰ ਨਹੀਂ ਖੜੀ ਕਰਨੀ ਆ। ਆਵਾਜ਼ ਆਈ, ਆਵਾਜ਼ ਪਈ ਕਿ ਹਾਂ ਸੱਜੂ ਗੱਡੀ ਇੱਥੇ ਖੜੀ ਕਰ ਜਾ। ਥੈਂਕ ਯੂ ਚਾਚੀ, ਥੈਂਕ ਯੂ। ਆਹ ਹੁੰਦਾ ਬਾਬਾ ਜੀ ਪਿਆਰ, ਇਹ ਆਪਾਂ ਪਿਆਰ ਹੀ ਖੱਟਿਆ। ਕਿਆ ਬਾਤ, ਕਿਆ ਬਾਤ, ਸ਼ੁਕਰ ਆ ਰੋਕ ਲਿਆ। ਡਰਾਈਵਰ ਮੈਂ, ਉਹ ਏਦਾਂ ਕਹੀ ਜਾਵੇ। ਅੱਛਾ ਸੋਰੀ ਭਾਜੀ। ਚਾਚੀ ਇੱਕ ਵਾਰੀ ਫੇਰ ਲਵ ਯੂ, ਅੱਤ ਕਰਾਤੀ, ਇਹ ਹੁੰਦਾ ਪਿਆਰ। ਤੇ ਇਹ ਖੱਟਣਾ ਪੈਂਦਾ ਭਾਜੀ, ਇਹ ਕਹੀਦਾ ਦਿਲ ਸਾਫ਼ ਰੱਖਣੇ ਪੈਂਦੇ ਆ, ਪਿਆਰ ਖੱਟਣਾ ਪੈਂਦਾ, ਬਣਾ ਕੇ ਰੱਖਣੀ ਪੈਂਦੀ। ਪਿਆਰ ਆ ਪਿਆਰ, ਮਜ਼ਾਕ ਨਾ ਲਈ ਜਾਇਓ, ਮਜ਼ਾਕ ਨਾ ਲਈਓ। ਇਹਨੇ ਦੀ ਮੈਂ ਸਟੋਰੀ ਦੱਸਾਂ, ਇੱਕ ਵਾਰੀ ਚਾਚੀ ਦੇ ਦੋਵੇਂ ਨਾ ਆਪਾਂ ਚ ਨਾ ਬੱਚੇ ਗੱਲ ਹੋਈ, ਲੜ ਪਏ ਹਾਂ ਲੜ ਪਏ ਹਾਂ। ਇਹ ਨਾ ਮੈਂ ਤੇ ਸਾਜਰਿਕ ਦਾ ਉਧਰ ਉਹ ਰੋਵੇ ਤੇ ਉਧਰ ਇਹ ਰੋਵੇ। ਮੈਂ ਕਿ ਦੇਲਾ ਹੈਗਾ ਕੁਛ ਵੀ ਨਹੀਂ ਭਾਜੀ, ਉਹ ਦੇਲਾ ਇੱਕ ਸਿਰਫ ਨਾ ਮਤਲਬ ਕਿ ਨਾਂ ਨੂੰ ਚਾਚੀ ਨਹੀਂ, ਦਿਲੋਂ ਚਾਚੀ ਆਪਣੇ ਲਈ ਤਾਂ, ਪਰ ਇੱਕ ਉਦਾਂ ਦੱਸਦਾ ਪਿਆ ਮਤਲਬ ਕਿ ਰਿਸ਼ਤਾ ਖੂਨ ਦਾ ਨਹੀਂ ਹੈਗਾ, ਪਰ ਰਿਐਲਿਟੀ ਇਹੀ ਆ ਕਿ ਜਦੋਂ ਸਾਡੇ ਵਿੱਚ ਪਾੜ ਪੈਂਦੇ ਨਾ ਕਿ ਫਿਰ ਗੱਲ ਇਹ ਆ ਜਾਂਦੀ ਕਿ ਯਾਰ ਕਿਉਂ ਪਾੜ ਕਿਉਂ ਪਿਆ। ਫਿਰ ਰਿਸ਼ਤਾ ਖੂਨ ਦਾ ਨਹੀਂ, ਉਹ ਇੱਕ ਹੁੰਦਾ ਰਿਸ਼ਤਾ ਖੂਨ ਦਾ, ਇੱਕ ਹੁੰਦਾ ਪਿਆਰ ਦਾ ਰਿਸ਼ਤਾ। ਪਿਆਰ ਦਾ ਨਹੀਂ, ਹੁਣ ਇਹ ਕਹਿਣਾ ਨਾਲ ਰਹਿ ਕੇ ਇੱਕ ਦੂਜੇ ਨੂੰ ਸਮਝ ਕੇ ਖੂਨ ਬਣ ਗਏ, ਫਿਰ ਘੁਲ ਮਿਲ ਗਿਆ, ਪਿਆਰ ਹੀ ਜੋੜਦਾ ਆ। ਚੱਕੋ ਪਰੌਂਠਾ, ਚਲੋ ਫਿਰ। ਹਾਂ ਵੀਰ,
ਸ਼ਰਮ ਸ਼ਰਮ ਆਉਂਦੀ ਕਿ ਨਹੀਂ, ਸ਼ਰਮ ਸ਼ਰਮ ਆਉਂਦੀ ਕਿ ਨਹੀਂ, ਜਮਾ ਨਹੀਂ ਮਿੱਤਰ ਇੱਥੇ ਹਰੇਕ ਦੀ ਸ਼ੇਡ ਹੈਗੀ ਆ, ਉਹ ਬੈਠਾ ਚਮਨਾ ਤੇ ਉਹ ਪਰੇ ਪਰੇ, ਇਹ ਮੇਰਾ ਕੀ ਮੇਰੀ ਸ਼ੇਡ ਕੀ ਸੀ, ਪਿੰਡੀ, ਇਹ ਸ਼ੀਲਾ ਭਾਈ ਜੀ ਕੀ ਭਾਈ ਆਪ ਹੀ ਦੱਸ, ਆਪ ਹੀ ਦੱਸ ਦੇ ਭਾਜੀ, ਭੂਆ ਸਭ ਤੋਂ ਵਧੀਆ ਸ਼ੇਡ ਪਤਾ ਕਿਹਦੀ ਸੀ, ਇਹਦੀ ਪੁਰਾਣੇ ਪੁਰਾਣੇ ਸਮਿਆਂ ਦੇ ਵਿੱਚ ਉਹ ਏਦਾਂ ਐ ਚੱਕ ਕੇ ਅੰਦਰ ਜਾਣਾ ਹੁੰਦਾ ਸੀ ਆਪਾਂ, ਜਿੱਦਾਂ ਆਪਣੇ ਦੁਕਾਨ ਦੇ ਅੰਦਰ ਸੀ ਹਨਾ, ਇਹ ਹਨਾ ਕਿਤੇ ਇਹ ਆਂਡੇ ਚੱਕਣ ਲਈ ਅੰਦਰ ਵੜ ਗਿਆ, ਆਂਡੇ ਨੇ ਚੱਕ ਲਏ, ਹੁਣ ਆਂਡੇ ਆ ਗਏ ਹੱਥ ਹੋ ਗਿਆ, ਮੁੱਠੀ ਖੁੱਲ ਗਈ, ਇਹ ਤਾਂ ਬਾਹਰ ਨਿਕਲ ਨੀ ਗਿਆ, ਇਹਦਾ ਸਿਰ ਫਸ ਗਿਆ, ਨਾਲ ਹੱਥ ਫਸ ਗਿਆ, ਜਾਨੂ ਦੁਕਾਨਦਾਰ ਆ ਗਿਆ, ਉਹ ਕਹਿੰਦਾ ਸਾਲਿਆ ਤੇਰੇ ਤੋੜੇ ਵਰਗਾ ਸਿਰ ਆ ਤੇ ਤੂੰ ਚੋਰੀ ਕਰਨ ਲੱਗਾ, ਨਾਲ ਹੀ ਇਹਦਾ ਛੇੜ ਪੈ ਗਈ ਤੋੜਾ ਜੀ। ਚੱਕੋ ਪਰੋਠਾ ਆਫਟਰ ਏ ਲੌਂਗ ਟਾਈਮ, ਸਾਰੇ ਯਾਰ ਇਕੱਠੇ ਹੋਏ ਆ, ਪਿੰਦੀ ਕੁਫਰ ਇਹ ਚਿੱਤੇ ਰਹਿ ਗਿਆ ਜੀ, ਪਿੰਦੀ ਕੁਫਰ ਝੂੜ ਦਾ ਪੁੱਪੜ, ਜਿਹੜੇ ਬ੍ਰੈਡ ਬਣੇ ਸੋ ਮਸਾਲਾ ਪਿਆ ਚ, ਆਹੋ ਇਹ ਕੌਣ ਕਹਿੰਦਾ ਸੀ, ਕੌਣ ਕਹਿੰਦਾ ਸੀ ਪਿੰਦੀ ਆਓ, ਨਹੀਂ ਪਿੰਦੀ ਤੂੰ ਕਹਿੰਦਾ ਸੀ, ਤੂੰ ਕਿਹਾ ਆ। ਲੋ ਵੀ ਮਿੱਤਰੋ ਕਹਿੰਦੇ ਵੱਡੇ ਲੈਵਲ ਦੀ ਲੜਾਈ ਹੋਵੇਗੀ, ਬੰਦੇ ਜ਼ਿਆਦਾ ਪਕੌੜੇ ਘੱਟ। ਬਾਬਾ ਜੀ ਤੁਹਾਨੂੰ ਕੀ ਲੱਗਦਾ ਕਿ ਕੌਣ ਜ਼ਿਆਦਾ ਪਨੀਰ ਦੇ ਪਕੌੜੇ ਚੱਕੂਗਾ, ਤੁਹਾਨੂੰ ਕੀ ਲੱਗਦਾ ਕੌਣ ਜ਼ਿਆਦਾ ਪਨੀਰ ਦੇ ਪਕੌੜੇ ਚੱਕੂਗਾ? ਮੈਂ ਇਹ ਵੀ ਰਹਿ ਗਈ ਡਨ, ਨਹੀਂ ਹਾਂਜੀ ਚੱਕੋ ਪਰੌਠਾ ਰੱਖੀ, ਪਕੌੜਾ ਪਨੀਰ ਵਾਲੇ ਘੱਟ ਆ ਤੇ ਬੰਦੇ ਜ਼ਿਆਦਾ, ਏਦਾਂ ਨੀ ਉੱਠਣਾ ਨੀ ਆਪਣੀ ਜਗ੍ਹਾ ਤੋਂ, ਆਪਣੀ ਜਗ੍ਹਾ ਤੋਂ ਇਹ ਗੱਬੇ ਰੱਖਣੇ, ਗੱਬੇ ਉੱਥੇ ਚੱਕ, ਉੱਥੋਂ ਗੱਬੇ ਰੱਖਣੇ, ਚੱਕੋ ਪਰੌਠਾ ਪੂਰੇ ਪੱਗ ਦੀ ਕਮੀ ਤਾਂ ਹੈਗੀ ਵੀਰ, ਉੱਪਰ ਪੱਗ ਬੰਨਣੀ ਪੈਣੀ ਤੈਨੂੰ, ਆ ਦੋ ਤਾਂ ਮੇਰੇ ਹੀ ਆ ਵਿੱਚੋਂ, ਉਹ ਦੇਖੀ ਅਰਮਾਨੀ ਚ ਦੋ ਤਾਂ ਮੇਰੇ ਹੀ ਆ, ਪਾਸ ਚੈੱਕ ਕੀਤਾ ਉਹਦਾ, ਦੂਜੇ ਦਾ ਬਸ ਗਿਆ ਜੀ। ਪਹਿਲਾ ਟੇਕ ਕਦੋਂ ਹੋਣਾ ਬਾਈ, ਸਾਰਾ 7 ਵਜੇ ਦਾ ਛਾਇਆ ਸਵੇਰੇ ਵਾਲੇ ਤੱਕ ਪਹਿਲਾ ਟੇਕ ਨਹੀਂ ਹੋਇਆ ਤਾਂ ਦੇਖ ਲਾ, ਹੈ ਸੀਕੁਐਂਸ ਦੱਸ ਦੇ, ਤੈਨੂੰ ਸੀਕੁਐਂਸ ਕਿਹਨੇ ਸਿਖਾਇਆ?
ਇਹ ਦੱਸ ਪਹਿਲਾਂ ਤੂੰ ਕਿਹੜਾ ਕਿਹਨੇ ਸਿਖਾ ਆਪਾਂ ਕਰ ਦਿੰਦੇ ਸ਼ੂਟ ਕਰ ਦਿੰਦੇ ਐਸ ਸੀਕੁਐਂਸ ਐਸ ਐਸ ਸੀਕੁਐਂਸ ਜਲਦੀ ਦੱਸ ਦੇ ਇਹੀ ਜਲਦੀ ਦੱਸ ਦੇ ਐਸ ਈ ਕਿਊ ਯੂ ਈ ਐਨ ਸੀ ਈ ਬੋਲ ਤੂੰ ਜ਼ਿਆਦਾ ਹੁਸ਼ਿਆਰ ਬਣ ਜਾ ਕਰ Q U E N C E ਪਾਸ ਮੈਂ ਦੱਸਣ ਲੱਗਾ ਸੀ ਤੋਂ ਸ਼ੁਰੂ ਹੁੰਦਾ ਮੈਂ ਸੀ ਤੋਂ ਸ਼ੁਰੂ ਕਰਨ ਲੱਗਾ ਸੀ ਸੱਚੀ ਦੱਸਾਂ ਤੁਹਾਨੂੰ ਤੇਰਾ ਤਾਂ ਬੇੜਾ ਹੀ ਕਰਕੇ ਮਿੱਤਰੋ ਤੇ ਸਾਡੇ ਭਰਾ ਹਨੀ ਸਿੰਘ ਦੀ ਵਾਰੀ ਆ ਚੁੱਕੀ ਹੈ ਜੀ ਹਨੀ ਸਿੰਘ ਕੱਟ ਥਾਲੇ ਨੂੰ ਕਰਦਾ ਕੁਛ ਚੌਥਾ ਟੇਕ ਲੈਣ ਲੱਗਾ ਜੀ ਪੁਸ਼ਪਾ ਫੋਰ ਕਮਿੰਗ ਸੂਨ ਉਹ ਵੀ ਸੱਜਣ ਪਿਆਰਿਓ ਤੇ ਸਵੇਰ ਦੇ ਲੱਗਿਆਂ ਹਾਲੇ ਤੱਕ ਸਾਜਨ ਦਾ ਇੱਕੋ ਹੀ ਸੀਨ ਹੋਇਆ ਤੇ ਹੁਣ ਜਾ ਕੇ ਲੋਕੇਸ਼ਨ ਬਦਲੀ ਆ ਤੇ ਹੁਣ ਤੁਹਾਨੂੰ ਦਿਖਾਉਣਾ ਨੈਕਸਟ ਲੋਕੇਸ਼ਨ ਕਿਹੜੀ ਆ ਤੇ ਆਪਣੀ ਅਗਲੀ ਲੋਕੇਸ਼ਨ ਪਿੰਡ ਪਿੰਡ ਕਿਹੜਾ ਇਹ ਸਾਜਨ ਦੱਸੋ ਇਹਨਾਂ 'ਚੋਂ ਕਿਹੜਾ ਆ ਇਹਨਾਂ 'ਚ ਸਾਜਨ ਓਏ ਹੋਏ ਘੋੜੀ ਤੇ ਸਾਜਨ ਕਿਆ ਬਾਤ ਹੈ ਜੀ ਹੈਂ ਸਾਜਨ ਹੀ ਆ ਹੜਿਆ ਅੱਛਾ ਸਾਜਨ ਇੱਧਰ ਆ ਪੱਗ ਪੱਗ ਸੇਮ ਸੇਮ ਬੰਨੀ ਲੱਗਦੀ ਮੈਨੂੰ ਸਾਜਨ ਨੇ ਇੱਧਰੋਂ ਤੇ ਤੁਸੀਂ ਦੇਖੋ ਸਾਜਨ ਬਾਈ ਦੇ ਹੁਣ ਪੱਗ ਵਾਲਾ ਰੋਲਿਆ ਅਤੇ ਭਾਈ ਨੇ ਪੱਗ ਬੰਨੀ ਐਨ ਓਕੇ ਬਣਾ ਦਿੱਤਾ ਸਾਜਨ ਚੱਕੋ ਪਰੌਂਠਾ ਯੈਸ ਕਰਾ ਦੀ ਆ ਰੋਬ ਤਾਂ ਤੇਰਾ ਹੈ ਬਾਬਾ ਜੀ ਪੱਗ ਬੰਨ ਕੇ ਤੁਹਾਨੂੰ ਦੱਸਾਂ ਹਾਂ ਦੁਬਾਰਾ ਕਿਹੜੀ ਜਿਹੜੇ ਭਾਜੀ ਕਿਹੜੀ ਫਿਲਮ ਆ ਉਹ ਜਿਹ ਚ ਐਮੀ ਵਿਰਕ ਬੁਲਟ ਤਿਆਰ ਕਰਦਾ ਬੰਬੂ ਘਾਟ ਹਾਂਜੀ ਬੰਬੂ ਘਾਟ 3 ਲਓ ਜੀ ਇਹਨੂੰ ਦੇਖ ਲਓ ਲੈ ਦੇਖ ਬੰਦੇ ਵੇਟ ਤੇ ਲੱਗੇ ਆ ਤੇ ਆਹ ਦੇਖ ਲਾ ਫੋਨ ਤੇ ਲੱਗਾ ਕੁਆਲਿਟੀ ਓਕੇ ਆ ਨਾ ਟੈਂਟਨ ਅਭੀ ਇੱਦਾਂ ਹੀ ਜਾਓ ਤੁਸੀਂ ਇੱਕ ਵਾਰ ਹੁਣ ਯਾਦ ਆਇਆ ਮੈਂ ਪ੍ਰੀ ਵੈਡਿੰਗ ਦਾ ਕਰਦਾ ਤੈਨੂੰ ਜਿਹੜੀ ਫੋਟੋ ਦਿਖਾਈ ਉਹਦੀ ਮੇਰੀ ਗੱਲ ਸੁਣ ਤੈਨੂੰ ਜਿਹੜੀ ਫੋਟੋ ਦਿਖਾਈ ਉਹਦੀ ਐਕਟਿੰਗ ਕਰਦੇ ਮਾੜੀ ਜੀ ਕਿਹੜੇ ਜਦੋਂ ਮੈਂ
ਸਮਾਈਲ ਦੇਖੋ ਉਹਦੀ, ਰੁਕਿਆ ਰੁਕਿਆ ਸਟੈਂਡ ਲਾ ਬੱਲੂ ਮੇਰਾ ਬੱਲੂ ਆਏ ਮੈਂ ਇੱਦਾਂ ਕਰਦਾ ਮੈਂ ਰੁਕਿਆ ਆ ਕੇ ਪਤਾ ਲੱਗੇ ਸੱਚੀ ਪਿੱਛੋਂ ਮੈਂ ਆ ਜਾਊਂਗਾ ਮੈਂ ਹਾਏ ਸਤਿ ਸ਼੍ਰੀ ਅਕਾਲ ਆ ਚੈੱਕ ਕਰੋ ਬਾਬਿਓ ਪ੍ਰੀ ਵੈਡਿੰਗ ਵਾਲੇ ਆ ਚੈੱਕ ਕਰੋ ਸਭ ਆਪਣੇ ਆਪਣੇ ਕੈਮਰੇ ਲੈ ਕੇ ਆਪਣੇ ਆਪਣੇ ਬੰਦੇ ਖੜਾ ਗਏ ਠੀਕ ਆ ਇੱਥੇ ਲੱਗੇ ਆ ਉੱਪਰ ਲੱਗੇ ਚੈੱਕ ਕਰੋ ਬਾਹਲਾ ਤਕੜਾ ਕੰਮ ਆ ਬਾਬਾ ਜੀ ਆਪਾਂ ਤਾਂ ਨਹੀਂ ਕਰਾਉਂਦੇ ਪ੍ਰੀ ਵੈਡਿੰਗ ਜੀ ਭਰਾ ਕਦੋਂ ਵਿਹਲਾ ਕਰਨਾ ਸਾਨੂੰ ਤੂੰ ਬਸ ਭਾਜੀ ਲਾਸਟ ਸੀਕੁਐਂਸ ਰਹਿ ਗਿਆ ਤੇ ਉਸ ਤੋਂ ਬਾਅਦ ਆਪਾਂ ਵਿਹਲੇ ਇੱਕ ਤਾਂ ਤੂੰ ਸੀਕੁਐਂਸ ਪਤਾ ਨਹੀਂ ਕਿੱਥੋਂ ਸਿੱਖਿਆ ਭਰਾਵਾ ਤੇ ਆਹ ਗਿਫਟ ਆ ਗਿਆ ਜੀ ਸਾਜਨ ਵੱਲੋਂ ਖੱਜਲ ਕੀਤੇ ਪਏ ਆਪਣੀਆਂ ਰੀਲਾਂ ਕਢਾਈ ਜਾਂਦਾ ਵੀਡੀਓ ਨਹੀਂ ਬਣਾਉਂਦਾ ਇੱਕ ਰੀਲਾਂ ਵਾਲਾ ਦੇਖੋ ਬਣਾਉਂਦਾ ਰੀਲਾਂ ਲੋਕੇਸ਼ਨ ਸਿਰਾ ਗੱਡੀ ਸਿਰਾ ਤੇ ਪ੍ਰੀ ਵੈਡਿੰਗ ਵੀ ਸਿਰਾ ਕਿਉਂ ਵੀ ਕੁੜੀਏ ਓਕੇ ਰਿਪੋਰਟ ਆ ਕੰਮ ਤੁਸੀਂ ਵੀ ਪ੍ਰੀ ਵੈਡਿੰਗ ਕਰਾਉਣੀ ਇੱਥੇ ਕਰੀ ਚਲੋ ਬਸ ਤੁਸੀਂ ਚੈੱਕ ਹਾਂਜੀ ਇਹ ਸਵੇਰ ਦਾ ਹੀ ਤੋਰਾ ਫੇਰਾ ਚੱਲ ਰਿਹਾ ਬਸ ਇੱਦਾਂ ਹੀ ਉੱਥੋਂ ਦੀ ਇੱਥੇ ਤੇ ਇੱਥੇ ਦੀ ਇੱਥੇ ਪਹਿਲਾਂ ਸ਼ੂਟ ਦੇਖਿਆ ਮੈਂ ਤੋਰੇ ਫੇਰੇ 'ਚ ਜਿਹੜਾ ਕੱਢਿਆ ਇਹਨਾਂ ਨੇ ਸਿੰਕ ਬੇਸ ਦੱਸ ਆਲ ਸਿੰਕ ਕਹੀ ਜਾਂਦੀ ਪ੍ਰੀ ਵੈਡਿੰਗ ਆ ਸਿੰਕ ਬੇਸ ਕਹਿੰਦੇ ਆ ਗਿਆ ਫਿਲਰ ਇਹ ਗਾਣੇ ਆ ਮੰਨਿਆ ਨਵੀਂ ਨਵੀਂ ਪੈਰ ਧਰ ਰਹੀਆਂ ਤੂੰ ਹਾਂਜੀ ਡਨ ਹੋ ਗਿਆ ਕੰਮ ਓਕੇ ਆਹ ਸੇਵ ਕਰਕੇ ਰੱਖ ਲਈ ਆਪਣੀ ਸਨੈਪਚੈਟ ਤੇ ਪਾਉਣੀ ਆ ਅੱਛਾ ਫੇਰ ਠੀਕ ਆ ਇਹ ਪਰੌਂਠਾ ਚੱਕਣ ਆ ਗਏ ਵਿਰਸਾ ਢਾਬਾ ਤੇ ਸ਼ੂਟ ਹੋ ਗਿਆ ਡਨ ਤੇ ਬਹੁਤ ਜਲਦੀ ਤੁਹਾਨੂੰ ਗਾਣਾ ਨਵਾਂ ਸੁਣਨ ਨੂੰ ਮਿਲੂਗਾ ਪ੍ਰੀ ਵੈਡਿੰਗ ਤੇ ਸਾਜਨ ਭਰਾ ਦਾ ਗਾਣਾ ਤੇ 10 ਗਾਣੇ ਆ ਰਹੇ ਬੈਕ ਟੂ ਬੈਕ ਹਾਂਜੀ ਮੇਰੇ ਨਹੀਂ ਗਾਏ ਪਰ ਜਿਹਦੇ ਗਾਏ ਆ ਉਹ ਆਪਣੇ ਉਹ ਤੋਪਿਆ ਤੋਪਿਆ ਹਾਂ ਤੇ ਹੁਣ ਸਾਰੀ ਟੀਮ ਆ ਗਈ ਆਪਣੀ ਰੋਟੀ ਖਾਣ ਆ ਚੱਲਦਾ ਪਿੱਛੇ